ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਜੀ ਅਤੰਤਨ ਬਾਬਾ ਬੰਤਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਨ ਹੈ ਅੱਪਾ ਜੋ ਉਹਨਾਂ ਦਾ ਇਤਿਹਾਸ ਸਾਂਝਾ ਕਰਦੇ ਤਨ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਜਾਬਰ ਹੁਕਮ ਹੁਕਮਰਾਨਾਂ ਵੱਲੋਂ ਗਰੀਬਾਂ ਨਿਤਾਣਿਆਂ ਤੇ ਦਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦਿਵਾਉਣ ਲਈ ਜਿਤਨੀਆਂ ਵੀ ਕੁਰਬਾਨੀਆਂ ਦਿੱਤੀਆਂ ਤੇ ਸੰਘਰਸ਼ ਕੀਤੇ ਉਸ ਦੀ ਮਿਸਾਲ ਦੁਨੀਆ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ ਆਪਣੇ ਅੰਤਮ ਸਮੇਂ ਵਿੱਚ ਇਸ ਮਿਸ਼ਨ ਨੂੰ ਜਾਰੀ ਰੱਖਣ ਲਈ ਉਹਨਾਂ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਪੰਜਾਬ ਵਾਲੀ ਤੋਰੇ ਜਿਸ ਨੇ ਹਕੂਮਤ ਵੱਲੋਂ ਨਪੀੜੇ ਤੇ ਦੁਖੀ ਲੋਕਾਂ ਨੂੰ ਲਾਮਬੰਦ ਕਰਕੇ ਬੜੇ ਥੋੜੇ ਸਮੇਂ ਵਿੱਚ ਸਿੱਖ ਇਤਿਹਾਸ ਵਿੱਚ ਪਹਿਲੀ ਵਾਰੀ ਖਾਲਸਾ ਰਾਜ ਸਥਾਪਿਤ ਕੀਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦੱਬੀ ਕੁਚਲੀ ਸੱਤਹੀਣ ਨਿਰਾਸ਼ ਜਨਤਾ ਨੂੰ ਉਦਮ ਆਤਮ ਸਨਮਾਨ ਆਤਮ ਵਿਸ਼ਵਾਸ ਜੂਝ ਮਰਨ ਤੇ ਫਤਿਹ ਦੀ ਲੜਦੀ ਕਲਾ ਦਾ ਮੁੱਢ ਸਨੇਹਾ ਦਿੱਤਾ ਉਦੋਂ ਜਦੋਂ ਕੌਮ ਨਿਰਾਸ਼ ਹੋ ਚੁੱਕੀ ਸੀ ਥੱਕ ਚੁੱਕੀ ਸੀ ਤੇ ਲਗਭਗ ਖਤਮ ਹੋ ਚੁੱਕੀ ਸੀ ਇਹ ਇਤਿਹਾਸ ਵਿੱਚ ਇੱਕ ਨਾ ਭੁੱਲਣ ਵਾਲਾ ਉਹ ਮਹਾਨ ਜਰਨੈਲ ਸੀ ਜਿਸ ਨੇ ਜ਼ੋਰ ਜ਼ਬਰ ਤੇ ਜ਼ੁਲਮ ਦੇ ਖਿਲਾਫ ਹਕੂਮਤ ਨਾਲ ਟੱਕਰ ਲੈ ਕੇ ਮੁਗਲ ਸਮਰਾਜ ਦੀਆਂ ਜੜਾਂ ਹਿਲਾ ਦਿੱਤੀ ਜਿਸ ਨੇ ਪੰਜਾਬ ਦੀ ਧਰਤੀ ਤੇ ਤਕਰੀਬਨ 8 ਸਾਲ ਆਪਣੇ ਘੋੜਿਆਂ ਦੀਆਂ ਪੈਰਾਂ ਦੇ ਨਿਸ਼ਾਨ ਛੱਡੇ ਤੇ ਪੰਜਾਬ ਵਿੱਚ ਸਿੱਖ ਕੌਮ ਨੂੰ ਥੋੜੇ ਸਮੇਂ ਵਿੱਚ ਹੀ ਇੱਕ ਜ਼ਬਰਦਸਤ ਰਾਜਨੀਤਿਕ ਤਾਕਤ ਵਿੱਚ ਬਦਲ ਕੇ ਰੱਖ ਦਿੱਤਾ ਆਰਥਿਕ ਤੇ ਸਮਾਜਿਕ ਸੁਧਾਰ ਕਰਕੇ ਪੰਜਾਬ ਨੂੰ ਇਤਨਾ ਮਜ਼ਬੂਤ ਕਰ ਦਿੱਤਾ ਕਿ ਫਿਰ ਲੰਬੇ ਸਮੇਂ ਤੱਕ ਕੋਈ ਬੈਰੀ ਹਿਲਾ ਨਹੀਂ ਸਕਿਆ ਜਬਰ ਮੋਗਲ ਹਕੂਮਤ ਦੇ ਬਾਦਸ਼ਾਹ ਸਿੱਖਾਂ ਦਾ ਖੁਰਾਕ ਖੋਜ ਮਟਾਉਂਦੇ ਮਟਾਉਂਦੇ ਆਪ ਮਿਟ ਗਏ ਪਰ ਸਿੱਖੀ ਨਹੀਂ ਮਿਟਾ ਸਕੇ ਬੰਦਾ ਸਿੰਘ ਬਹਾਦਰ ਦੀ 1709 ਤੋਂ ਲੈ ਕੇ 1716 ਸੱਤ ਸਾਲ ਦੀ ਅਗਵਾਈ ਨੇ ਸਾਊਥ ਏਸ਼ੀਆ ਦੀ ਸਭ ਤੋਂ ਵੱਡੇ ਮੁਗਲ ਸਾਮਰਾਜ ਦੇ ਨੀਹਾਂ ਖੋਖਲੀਆਂ ਕਰ ਦਿੱਤੀਆਂ ਆਖਰ ਜ਼ੁਲਮ ਤੇ ਅਨਿਆਂ ਦੇ ਖਿਲਾਫ ਜੂਝਦੇ ਜੂਝਦੇ ਆ ਜੂਨ 1716 ਵਿੱਚ ਆਪਣੇ 740 ਸਾਥੀਆਂ ਸਮੇਤ ਜਿਸ ਹੌਸਲੇ ਤੇ ਖੇੜੇ ਤੇ ਛੜਦੀ ਕਲਾ ਨਾਲ ਸ਼ਹਾਦਤ ਪਾਈ ਉਹ ਵੀ ਦੁਨੀਆ ਦੀ ਇੱਕ ਬਲਖਣ ਸ਼ਹਾਦਤ ਦੀ ਮਿਸਾਲ ਹੈ। ਬਾਬਾ ਬੰਦਾ ਸਿੰਘ ਦਾ ਅਸਲੀ ਨਾਮ ਲਸ਼ਮਣਦਾਸ Rajput ਘਰਾਣੇ ਵਿੱਚ ਪੈਦਾ ਹੋਏ। ਮਾਂ ਪਿਓ ਨੂੰ ਸ਼ੌਂਕ ਸੀ ਤੇ ਉਹਨਾਂ ਦਾ ਪੁੱਤਰ ਵੀ ਇੱਕ ਬਹਾਦਰ ਯੋਦਾ ਬਣ ਗਿਆ। ਇਸ ਲਈ ਸ਼ੁਰੂ ਤੋਂ ਹੀ ਉਸ ਦੇ ਅੰਦਰ ਅਸਤਰ ਸ਼ਸਤਰ ਦਾ ਗਿਆਨ ਤੇ ਸ਼ਿਕਾਰ ਕਰਨ ਦਾ ਸ਼ੌਂਕ ਪੈਦਾ ਕੀਤਾ। ਬਚਪਨ ਵਿੱਚ ਜਦੋਂ ਉਹਨਾਂ ਦੇ ਹੱਥੋਂ ਕਿਸੇ ਗਰਭવતી ਹਿਰਨੀ ਦਾ ਸ਼ਿਕਾਰ ਹੋ ਗਿਆ ਜੋ ਉਹਨਾਂ ਦੇ ਸਾਹਮਣੇ ਆਪਣੇ ਅਣਜੰਮੇ ਬੱਚਿਆਂ ਸਮੇਤ ਤੜਪ ਤੜਪ ਕੇ ਮਰ ਗਈ ਜਿਸ ਨੂੰ ਦੇਖ ਕੇ ਉਸ ਦੇ ਦਿਲ ਨੂੰ ਇਤਨੀ ਭਾਰੀ ਸੱਟ ਲੱਗੀ ਕਿ ਉਹ ਆਪਣਾ ਘਰ-ਬਾਰ ਤਿਆਕ ਕੇ ਬੈਰਾਗੀ ਬਣ ਗਏ ਸ਼ਾਂਤੀ ਦੀ ਭਾਲ ਵਿੱਚ ਉਸ ਨੂੰ ਇੱਕ ਸਾਧੂ ਜਾਨਕੀ ਦਾਸ ਮਿਲਿਆ ਜਿਸ ਨੇ ਉਸ ਦਾ ਨਾਮ ਮਾਦੋ ਦਾਸ ਰੱਖ ਦਿੱਤਾ ਫਿਰ ਉਸ ਦੀ ਮੁਲਾਕਾ ਸਾਧੂ ਰਾਮਦਾਸ ਨਾਲ ਹੋਈ ਪਰ ਮਨ ਦੀ ਸ਼ਾਂਤੀ ਇੱਥੋਂ ਵੀ ਨਹੀਂ ਮਿਲੀ ਦੇਸ਼ ਭ੍ਰਮਣ ਲਈ ਜਾ ਤੁਰਿਆ 나ਸਕ ਪੰਚਵੱਟੀ ਦੇ ਸਥਾਨ ਤੇ ਉਹਨਾਂ ਦਾ ਮੇਲ ਇੱਕ ਜੋਗੀ ਔਕੜ ਨਾਥ ਨਾਲ ਹੋਇਆ ਜਿਹਦੀ ਸੇਵਾ ਵਿੱਚ ਰਹਿੰਦੇ ਹੋ ਜੋਗ ਸਾਧਨਾ ਤੇ ਤਾੰਤ੍ਰਿਕ ਵਿੱਦਿਆ ਵਿੱਚ ਮਾਹਰ ਹੋ ਗਏ 3 ਸਾਲ ਔਕੜ ਨਾਥ ਦੀ ਸੇਵਾ ਵਿੱਚ ਰਹਿਣ ਤੋਂ ਬਾਅਦ ਉਹਦੀ ਮੌਤ ਹੋ ਗਈ ਸਾਰੀਆਂ ਰਿੱਧੀਆਂ ਸਿੱਧੀਆਂ ਜਾਦੂ ਟੋਣਿਆਂ ਜੰਤਰ ਮੰਤਰ ਦੀ ਇਹ ਵਿੱਦਿਆ ਦੀਆਂ ਪੋਥੀਆਂ ਉਹਨਾਂ ਦੇ ਹੱਥ ਵਿੱਚ ਆ ਗਈਆਂ ਤੇ ਉਹਨਾਂ ਨੇ ਬਹੁਤ ਜਲਦੀ ਇਸ ਤੇ ਮਹਾਰਤ ਹਾਸਲ ਕਰ ਲਈ ਬਹੁਤ ਸਾਰੇ ਚੇਲੇ ਵੀ ਬਣ ਗਏ ਮਨੋ ਕਾਮਨਾਵਾਂ ਪੂਰੀਆਂ ਕਰਾਉਣ ਲਈ ਉਹਨਾਂ ਦੇ ਕੋਲ ਢੀੜ ਲੱਗੀ ਰਹਿੰਦੀ ਜਿਸ ਕਰਕੇ ਉਹ ਬਹੁਤ ਹੰਕਾਰੀ ਵੀ ਹੋ ਗਏ ਜਦੋਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪੂਜੇ ਤਾਂ ਉਦੋਂ ਉਹਨਾਂ ਨੇ ਆਪਣਾ ਡੇਰਾ ਨਗੀਨਾ ਘਾਟ ਜਾਂ ਲਗਾਇਆ ਔਖੜ ਦੀ ਮੌਤ ਤੋਂ ਬਾਅਦ ਬੰਦਾ ਵੀ ਭ੍ਰਮਣ ਕਰਦਾ ਕਰਦਾ ਨੰਦੇੜ ਆ ਪੁੰਚ ਤੇ ਰਾਵੀ ਦੇ ਕੰਢੇ ਆਪਣੇ ਕ੍ਰਿਸ਼ਮੇ ਦਿਖਾਉਣ ਲੱਗਾ ਨੰਦੇੜ ਦੀਆਂ ਸੰਗਤਾਂ ਵਿੱਚੋਂ ਕਿਸੇ ਸਿੱਖ ਨੇ ਬੰਦਾ ਬਹਾਦਰ ਵਾਰ ਦੱਸਿਆ ਕਿ ਉਹ ਰਿਧੀਆਂ ਸੀੜੀਆਂ ਦੇ ਨਾਲ ਤਖਤ ਤੇ ਬਿਠਾ ਤਖਤ ਤੇ ਸੰਤਾਂ ਮਹਾਤਮਾ ਨੂੰ ਬਿਠਾ ਕੇ ਫਿਰ ਤਖਤ ਉਲਟਾ ਕੇ ਬੜਾ ਖੁਸ਼ ਹੁੰਦਾ ਗੁਰੂ ਸਾਹਿਬ ਨੇ ਹੱਸ ਕੇ ਕਿਹਾ ਕਿ ਸਾਨੂੰ ਇਸ ਵੇਲੇ ਤਖਤ ਉਲਟਾਉਣ ਵਾਲਾ ਬੰਦਾ ਹੀ ਚਾਹੀਦਾ ਕੁਝ ਦਿਨ ਆਰਾਮ ਕਰਨ ਉਪਰੰਤ ਉਹ ਸਿੰਘਾਂ ਸਮੇਤ ਬੈਰਾਗੀ ਦੇ ਡੇਰੇ ਜਾ ਪੁੱਜ ਗੁਰੂ ਸਾਹਿਬ ਉਸ ਦੇ ਪਲੰਘ ਤੇ ਜਾ ਬੈਠੇ ਜਿਸ ਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀਂ ਸੀ ਜਦ ਬੈਰਾਗੀ ਨੇ ਆ ਕੇ ਦੇਖਿਆ ਤਾਂ ਮਨ ਹੀ ਮਨ ਵਿੱਚ ਬੜਾ ਗੁੱਸਾ ਆਇਆ ਤੇ ਆਪਣੀਆਂ ਸ਼ਕਤੀਆਂ ਨਾਲ ਪਲੰਘ ਨੂੰ ਉਲਟਾਉਣ ਵਿੱਚ ਲੱਗ ਗਿਆ ਜਦ ਉਹਦੀ ਸ਼ਕਤੀ ਕੋਈ ਕੰਮ ਨਾ ਆਈ ਤਾਂ ਉਹ ਸਮਝ ਗਿਆ ਕਿ ਇਹ ਇੱਕ ਸਧਾਰਨ ਹਸਤੀ ਨਹੀਂ ਹੈ ਪੈਰੀਟੈਪ ਆ ਮਾਫੀ ਮੰਗੀ ਤੇ ਹਰੀਚੰਦ ਦੱਖਣੀ ਨੂੰ ਆਪਣਾ ਉਤਰਾਧਿਕਾਰੀ ਸੌਂਪ ਕੇ ਗੁਰੂ ਸਾਹਿਬ ਦਾ ਮਰੀਦ ਬਣ ਗਿਆ। ਇੱਕ ਮਹੀਨਾ ਕੋਲ ਰਹਿੰਦਿਆਂ ਰਹਿੰਦਿਆਂ ਉਹ ਸਿੱਖ ਸਿਧਾਂਤਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਗਿਆ। ਉਸ ਦੀ ਤੀਰ ਅੰਦਾਜ਼ੀ ਦੀ ਨਿਪੁੰਤਾ ਵੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਬਹਾਦਰ ਦੀ ਉਪਾਧੀ ਬਖਸ਼ੀ। ਪੰਨ sire ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਪਖੰਡੇ ਬਾਟੇ ਦੀ ਪੋਲ ਦੇ ਕੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿੱਤਾ। ਇਸ ਦੌਰਾਨ ਜਦ ਉਸ ਨੇ ਗੁਰੂ ਸਾਹਿਬ ਨਾਲ ਹੋਈਆਂ ਘਟਨਾਵਾਂ ਦਾ ਸਿੱਖਾਂ ਕੋਲੋਂ ਹਾਲ ਸੁਣਿਆ ਤਾਂ ਉਹਦਾ ਖੂਨ ਖ올 ਉੱਠਿਆ। ਤੇ ਗੁਰੂ ਸਾਹਿਬ ਕੋਲ ਜਾਲਮਾਂ ਸੋਧਨ ਦੀ ਸੇਵਾ ਮੰਗੀ। 26 ਨਵੰਬਰ 1708 ਵਿੱਚ ਸਤਨ ਸ਼੍ਰੀ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਅਸ਼ੀਰਵਾਦ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਭਾਈ ਦਾਇਆ ਸਿੰਘ, ਭਾਈ ਬినੋਦ ਸਿੰਘ, ਭਾਈ ਕਾਨ ਸਿੰਘ, ਭਾਈ ਰਣ ਸਿੰਘ, ਭਾਈ ਬਾਜ ਸਿੰਘ ਆਪਣੇ ਭੱਠੇ ਆਪਣੇ ਪੱਥੇ ਦੇ ਵਿੱਚੋਂ ਪੰਜ ਤੀਰ, ਨਗਾਰਾ, ਨਿਸ਼ਾਨ ਸਾਹਿਬ ਸਿੱਖਾਂ ਲਈ ਹੁਕਮਨਾਮੇ ਤੇ 20 ਕੋਹਰ ਸਿੰਘ ਨਾਲ ਦੇ ਕੇ ਪੰਜਾਬ ਵੱਲ ਨੂੰ ਤੋਰ ਦਿੱਤਾ। ਵजीर खान ਜੋ ਗੁਰੂ ਸਾਹਿਬ ਨੂੰ ਆਪਣਾ ਸਭ ਤੋਂ ਵੱਡਾ ਦਸ਼ਮਣ ਸਮਝਦਾ ਸੀ ਸਿੱਖਾਂ ਤੇ ਗੁਰੂ ਸਾਹਿਬ ਤੇ ਨਜ਼ਰ ਰੱਖਣ ਲਈ ਆਪਣੇ ਸੂਈਏ ਪਹਿਲੇ ਛੱਡੇ ਹੋਏ ਸੀ ਉਹਦੇ ਹੁਕਮ ਨਾਲ ਨੰਦੇੜ ਦੇ ਹਾਕਮ ਨੇ ਸਿੰਘਾਂ ਦੇ ਪਿੱਛੇ ਆਪਣੇ ਆਦਮੀ ਭੇਜ ਦਿੱਤੇ ਜਦੋਂ ਬੰਦਾ ਸਿੰਘ ਇਸ ਗੱਲ ਦਾ ਪਤਾ ਚੱਲਿਆ ਕਿ ਨੰਦੇੜ ਤੋਂ ਸ਼ਾਹੀ ਫੌਜ ਉਹਨਾਂ ਦਾ ਪਿੱਛਾ ਕਰ ਰਹੀ ਹੈ ਤਾਂ ਉਹਨਾਂ ਨੂੰ ਗੁੰਮਰਾਹ ਕਰਨ ਲਈ ਚਾਰੋਂ ਪਾਸੇ ਪੰਜ-ਪੰਜ ਸਿੱਖ ਭੇਜ ਕੇ ਆਪਣੇ ਘੋੜਿਆਂ ਦੇ ਟਾਪਾਂ ਦੇ ਨਿਸ਼ਾਨ ਛੱਡ ਦਿੱਤੇ ਤੇ ਉਥੋਂ 25 ਕੋ ਮੀਲ ਦੀ ਦੂਰੀ ਤੇ ਬਟੇਰੇ ਕਸਵਾ ਅੰਬਾ ਦੇ ਬਾਗ ਵਿੱਚ ਇਕੱਠੇ ਹੋਣ ਦਾ ਹੁਕਮ ਦਿੱਤਾ। ਪਰ ਆ ਵਿੱਚ ਬੰਦਾ ਸਿੰਘ ਜਿੱਥੇ ਕਿਤੇ ਜ਼ਬਰ ਜ਼ੁਲਮ, ਬੇਇਨਸਾਫੀ ਦੇ ਧੱਕੇਸ਼ਾਹੀ ਹੁੰਦੀ ਦੇਖਦਾ ਉਹ ਉਸ ਦਾ ਡਟ ਕੇ ਵਿਰੋਧ ਕਰਦਾ ਤੇ ਸਭ ਤੋਂ ਪਹਿਲਾਂ ਉਹ ਬਾਂਗਰ ਦੇ ਇਲਾਕੇ ਵਿੱਚ ਪਹੁੰਚਿਆ ਜਿੱਥੇ ਉਹਨਾਂ ਦਾ ਡੇਰਾ ਸੀ। ਉੱਥੇ ਧੜਮੀਆਂ ਚੋਰਾਂ ਡਾਕੂਆਂ ਦਾ ਇੱਕ گروਹ ਚੜ੍ਹਿਆ ਆ ਰਿਹਾ ਸੀ। ਲੋਕ ਡਰਦੇ ਮਾਰੇ ਪਿੰਡ ਖਾਲੀ ਕਰਕੇ ਜੰਗਲਾਂ ਵੱਲ ਭੱਜੇ ਜਾ ਰਹੇ ਸਨ। ਬੰਦਾ ਬਹਾਦਰ ਨੇ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਅੱਗੇ ਹੋ ਕੇ ਟੱਕਰੇ ਲਈ ਤੁਰ ਪਿਆ। ਇਤਨਾ ਦਲੇਰ ਤੇ ਸਖਤ ਹਮਲਾ ਕੀਤਾ ਕਿ ਆਪਣਾ ਵੀ ਲੁੱਟਿਆ ਹੋਇਆ ਮਾਲ ਛੱਡ ਕੇ ਦੌੜ ਗਏ ਗਰੀਬ ਲੋਕਾਂ ਦਾ ਲੁੱਟਿਆ ਮਾਲ ਵਾਪਸ ਕਰਵਾਇਆ ਤੇ ਅੱਗੋਂ ਵਾਸਤੇ ਰਾਖੀ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਬੰਦੇ ਦੀ ਹਿੰਮਤ ਤੇ ਹੌਸਲਾ ਦੇਖ ਕੇ ਪਿੰਡ ਦੇ ਗਿੱਦੜ ਵੀ ਸ਼ੇਰ ਬਣ ਗਏ ਇਸ ਨਾਲ ਸਾਰੇ ਆਲੇ ਦੁਆਲੇ ਵਿੱਚ ਬੰਦਾ ਸਿੰਘ ਦੀ ਬਾਵਾ ਹੋਣ ਲੱਗ ਪਈ ਜਿੱਥੇ ਕਿਤੇ ਵੀ ਕਿਸੇ ਪਿੰਡ ਨੂੰ ਧਾੜਵੀਆਂ ਤੇ ਲੁਟੇਰਿਆਂ ਤੋਂ ਬਚਾਅ ਦੀ ਲੋੜ ਹੁੰਦੀ ਉਹ ਬੰਦਾ ਸਿੰਘ ਜੀ ਕੋਲ ਭਰਿਆਦ ਲੈ ਕੇ ਆ ਜਾਂਦੇ ਬੰਦਾ ਸਿੰਘ ਸנתਵੀ ਸੀ ਤੇ ਸਿਪਾਹੀ ਵੀ ਉਸ ਨੇ ਦੁਖੀ ਤੇ ਨਿਤਾਣੀ ਜਨਤਾ ਜੋ ਜ਼ੁਲਮਾਂ ਤੇ ਲੁੱਟ ਖਸੁੱਟ ਦਾ ਸ਼ਿਕਾਰ ਹੋ ਰਹੀ ਸੀ ਉਹਨਾਂ ਦੀ ਰੱਖਿਆ ਦਾ ਜਿੰਮਾ ਆਪਣੇ ਸਿਰ ਲਿਆ ਤੇ ਐਲਾਨ ਕਰਵਾ ਦਿੱਤਾ ਕਿ ਕੋਈ ਵੀ ਸਰਕਾਰੀ ਮਾਮਲਾ ਨਾ ਦੇਵੇ ਅੱਜ ਤੋਂ ਬਾਅਦ ਉਹਨਾਂ ਦੇ ਧਨ ਸੰਪਤੀ ਜਾਨ ਮਾਲ ਦੀ ਰੱਖਿਆ ਦਾ ਜਿੰਮਾ ਅਸੀਂ ਲਵਾਂਗੇ ਜਿਸ ਦੇ ਬਦਲੇ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਸਿਰਫ ਫੌਜੀਾਂ ਲਈ ਖਾਣ ਪੀਣ ਦੀਆਂ ਵਸਤੂਆਂ ਜਿਵੇਂ ਦੁੱਧ ਦਹੀਂ ਘਿਓ ਬਸ ਲੋਕਾਂ ਨੂੰ ਵੀ ਸਿੰਘ ਸਜਣ ਦਾ ਨਿਯੋਤਾ ਦਿੱਤਾ ਇਹ ਗੱਲ ਪਿੰਡ ਦੇ ਚੌਧਰੀਆਂ ਨੂੰ ਕਿਵੇਂ ਪਾ ਸਕਦੀ ਹੈ ਉਹਨਾਂ ਨੇ ਸਰਕਾਰੀ ਅਮਲਾ 'ਤੇ ਸ਼ਿਕਾਇਤ ਕੀਤੀ ਜਦੋਂ ਦੇਸ਼ ਵਿੱਚ ਹੋ ਰਹੀਆਂ ਗਤੀਵਿਧੀਆਂ ਦਾ ਪਤਾ ਮੁਗਲ ਕਰਮਚਾਰੀਆਂ ਨੂੰ ਲੱਗਾ ਤਾਂ ਉਹਨਾਂ ਨੇ ਚਾਰੋਂ ਤਰਫ ਸੂਈਏ ਦੌੜਾ ਦਿੱਤੇ ਸੜਕਾਂ ਦੀ ਰਾਖੀ ਹੋਣ ਲੱਗੀ ਦਿੱਲੀ ਦੀ ਸਰਹੱਦ ਤੇ ਪੁੱਜ ਕੇ ਬੰਦਾ ਸਿੰਘ ਦੀ ਚਾਲ ਕੁਝ ਮੱਠੀ ਹੋ ਗਈ ਕਿਉਂਕਿ ਫੌਜ ਨਹੀਂ ਸੀ ਪੈਸਾ ਨਹੀਂ ਸੀ ਕਦੇ ਵੀ ਕਿਸੇ ਪਾਸਿਓਂ ਵੀ ਬੈਰੀਆਂ ਨਾਲ ਟੱਕਰ ਹੋ ਸਕਦੀ ਸੀ ਇਸ ਦੌਰਾਨ ਬੰਦਾ ਸਿੰਘ ਬਖੋਂਡੇ ਦੇ ਪਰਗਨੇ ਜਾ ਪੁੱਜੇ। ਸੇਰੀ ਅਤੇ ਖੰਡਾ ਪਿੰਡਾਂ ਲਾਗੇ ਜਾ ਟਿਕਾਣਾ ਕੀਤਾ। ਇੱਥੋਂ ਹੀ ਗੁਰੂ ਸਾਹਿਬ ਦੇ ਹੁਕਮਨਾਮੇ ਮਾਲਵੇ ਮਾਝੇ ਦੋਆਬੇ ਦੇ ਸਿੱਖ ਸੰਗਤਾਂ ਨੂੰ ਭੇਜੇ। ਗੁਰੂ ਸਾਹਿਬ ਦੇ ਪਰਿਵਾਰ ਨਾਲ ਕੀਤੀਆਂ ਜਿਆਦਤੀਆਂ ਦੇ ਜ਼ਖਮ ਲੋਕਾਂ ਦੇ ਦਿਲਾਂ ਵਿੱਚ ਮੁੜ ਤਾਜ਼ਾ ਹੋ ਗਏ। ਸਿੰਘਾਂ ਦੇ ਅੰਦਰੋਂ ਅੰਦਰ ਸੁਲਗ ਰਹੀ ਅੱਗ ਭੜਕੁੱਠੀ। ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਕਿਆ ਜਿਨ੍ਹਾਂ ਦੀ ਧਨ ਸ੍ਰੀ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਸੀ ਆਪਣੇ ਕੰਮ ਕਾਰ ਛੱਡ ਕੇ ਆਪਣੇ ਜ਼ਮੀਨਾ ਧਨ ਮਾਲ ਡੰਗਰ ਵੇਚ ਕੇ ਹਥਿਆਰ ਖਰੀਦੇ ਤੇ ਜਿਨ੍ਹਾਂ ਕੋਲ ਕੁਝ ਨਹੀਂ ਸੀ ਉਹਨਾਂ ਨੇ ਆਪਣੇ ਚਾਕੂ ਸ਼ਰੀਆ ਤੇ ਤਲਵਾਰਾਂ ਦਾ ਜੰਗ ਉਤਾਰ ਕੇ ਬੰਦਾ ਸਿੰਘ ਦੀ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਨਾਲ ਆ ਜੁੜੇ ਹੈਰਾਨੀ ਦੀ ਗੱਲ ਹੈ ਕਿ ਜਦੋਂ ਬੰਦਾ ਨੰਦੇੜ ਤੋਂ ਚੱਲਿਆ ਸੀ ਉਸ ਕੋਲ ਸਿਰਫ 25 ਸਿੱਖ ਤੇ 5 ਤੀਰ ਸਨ ਕੋਈ ਹਥਿਆਰ ਗੋਲੀ ਸਿੱਕਾ ਜਾਂ ਬਾਰੂਦ ਨਹੀਂ ਸੀ ਬੰਦਾ ਸਿੰਘ ਬਹਾਦਰ ਦੀ ਇੱਕ ਆਵਾਜ਼ ਦੇ ਜਿਸ ਦੇ ਪਿੱਛੇ ਗੁਰੂ ਸਾਹਿਬ ਦਾ ਹੁਕਮ ਸੀ ਸਿੰਘਾਂ ਦੇ अनेका ਜਥੇ ਧਰਮ ਯੁੱਧ ਦੇ ਵਿੱਚ ਆ ਸ਼ਾਮਲ ਹੋਏ। ਪੰਜਾਬ ਅਲਬਦ ਦੇ ਆ ਬਦਦੇ ਆ ਉਸ ਦੀ ਫੌਜ ਦੀ ਗਿਣਤੀ 25 ਸਿੱਖਾਂ ਤੋਂ 40000 ਤੱਕ ਪੁੱਜ ਗਈ। ਖੁੱਲੇ ਦੇ ਨਾਲ ਸੰਗਤਾਂ ਨੇ ਆਪਣਾ ਧੰਨ ਦੌਲਤ ਸ਼ਸਤਰ ਭੇਟ ਕੀਤੇ। ਸਭ ਤੋਂ ਪਹਿਲੇ ਬੰਦਾ ਸਿੰਘ ਬਹਾਦਰ ਨੇ ਸਿਹਰੀ ਸੋਨੀਪਥ ਤੇਠਲ ਤੇ ਕਬਜ਼ਾ ਕੀਤਾ। ਤੇਠਲ ਦੇ ਅਮਿਲ ਨੂੰ ਈਨ ਮੰਵਾ ਕੇ ਉਸ ਪਾਸੋਂ ਅਸਲਾ ਘੋੜੇ ਤੇ ਬਹੁਤ ਮਾਲ ਹਥਿਆ ਲਿਆ। ਕੈਥਲ ਵਿਖੇ ਸ਼ਾਹੀ ਖਜ਼ਾਨਾ ਜੋ ਦਿੱਲੀ ਲਿਜਾਇਆ ਜਾ ਰਿਹਾ ਸੀ ਲੁੱਟ ਕੇ ਗਰੀਬਾਂ ਤੇ ਲੋੜਵੰਦਾਂ ਵਿੱਚ ਵੰਡ ਦਿੱਤਾ ਇੱਥੋਂ ਦੇ ਆਮਲ ਨੂੰ ਦੀਨ ਬਣਾ ਕੇ ਬਹੁਤ ਸਾਰਾ ਹਸਲਾ ਘੋੜੇ ਤੇ ਮਾਲ ਉਸ ਤੋਂ ਲੈ ਲੇ ਇਥੇ ਖਬਰ ਮਿਲੀ ਕਿ ਮੁਗਲਾਂ ਵੱਲੋਂ ਭੇਜੇ ਦੋ ਪਠਾਣਾ ਨੇ ਗੁਰੂ ਸਾਹਿਬ ਤੇ ਬਾਹਰ ਕਰ ਦਿੱਤਾ ਬੰਦਾ ਸਿੰਘ ਬਹਾਦਰੇ ਖਬਰ ਸੁਣਦਿਆਂ ਉਹਦੇ ਗੁੱਸੇ ਦੀ ਅੱਗ ਹੋਰ ਤੇਜ਼ ਹੋ ਕੇ ਭੜਕੀ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਨਾ ਕਦੇ ਬਦਲੇ ਦੀ ਭਾਵਨਾ ਸੀ ਤੇ ਨਾ ਹੀ ਉਹਨਾਂ ਦੇ ਜੀਵਨ ਦਾ ਕੋਈ ਇਸ ਤਰ੍ਹਾਂ ਦਾ ਮਕਸਦ ਸੀ ਬੰਦਾ ਸਿੰਘ ਬਹਾਦਰ ਨੂੰ ਵੀ ਉਹਨਾਂ ਨੇ ਥਾਪੜਾ ਦੇ ਕੇ ਜਾਲਮ ਹਕੂਮਤਾਂ 'ਤੇ ਟੱਕਰ ਕਰਨ ਤੇ ਮਜਲੂਮਾਂ ਦੇ ਰੱਖਿਆ ਕਰਨ ਲਈ ਭੇਜਿਆ ਸੀ ਨਾ ਕਿ ਕਿਸੇ ਬਦਲੇ ਵਾਸਤੇ ਪਰ ਕਿਸੇ ਇਨਸਾਨ ਦਾ ਦਿਲ ਤੇ ਇਤਨਾ ਵੱਡਾ ਨਹੀਂ ਹੋ ਸਕਦਾ ਜੇ ਦੀ ਸੋਚ ਰੱਬੀ ਨੂਰ ਦੀ ਸੋਚ ਦਾ ਮੁਕਾਬਲਾ ਕਰੇ ਗੁਰੂ ਸਾਹਿਬ ਤੇ ਜ਼ੁਲਮਾਂ ਦੇ ਬਦਲੇ ਦੀ ਭਾਵਨਾ ਬੰਦਾ ਸਿੰਘ ਬਹਾਦਰ ਵਿੱਚ ਸੀ ਜਿਸ ਲਈ ਉਸਨੇ ਆਪਣੇ ਆਪ ਨੂੰ ਕਸੂਰਵਾਰ ਵੀ ਠਹਿਰਾਇਆ ਤੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਭੁੱਲ ਵੀ ਬਖਸ਼ਾਈ ਬੰਦਾ ਸਿੰਘ ਦਾ ਮੁੱਖ ਮਕਸਦ ਸਰਹੰਦ ਦੇ ਵਜ਼ੀਰ ਨੂੰ ਮਾਰਨਾ ਸੀ ਪਰ ਕਿਉਂਕਿ ਸਰਹੰਦ ਇੱਕ ਤਾਕਤਵਰ ਸੂਬਾ ਸੀ ਔਰ ਉਹਦੀ ਆਪਣੀ ਫੌਜ ਵੀ ਕਾਫੀ ਸੀ ਤੇ ਲੋੜ ਪੈਣ ਤੇ ਆਸ-ਪਾਸ ਤੋਂ ਮਦਦ ਵੀ ਲੈ ਸਕਦਾ ਸੀ ਸੋ ਬੰਦਾ ਸਿੰਘ ਬਹਾਦਰ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਆਸ-ਪਾਸ ਦੀਆਂ ਬਾਹਾਂ ਕੱਟ ਦਿੱਤੀਆਂ ਜਾਣ ਇਸ ਲਈ ਸਭ ਤੋਂ ਪਹਿਲਾਂ ਉਹ ਸਮਾਣੇ ਪਹੁੰਚਿਆ ਜਿੱਥੇ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਤਲ ਕਰਨ ਵਾਲਾ ਸੈयद ਜਲਾਲ ਉਹ ਦਿਨ ਤੇ ਛੋਟੇ ਸਹਿਬਜ਼ਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸਨ ਇਹ ਮੁਗਲ ਰਾਜ ਦੇ ਧਾਰਮਿਕ ਤੇ ਰਾਜਨੀਤਿਕ ਸ਼ਕਤੀ ਦਾ ਕੇਂਦਰ ਜੋ ਕਿ ਸਈਆਂ ਦਾ ਤਕੜਾ ਗੜ੍ਹ ਤੇ ਮਹੱਤਵਪੂਰਨ ਸਥਾਨ ਸੀ ਇੱਥੇ 22 ਸੈयद ਪਰਿਵਾਰ ਰਹਿੰਦੇ ਸੀ ਹਰ ਇੱਕ ਦੇ ਕੋਲ ਆਪਣੀ ਫੌਜ ਸੀ ਜਿਸ ਨੂੰ ਜਿਤਨਾ ਇਤਨਾ ਆਸਾਨ ਨਹੀਂ ਸੀ ਇੱਥੇ ਕਮਸਾਨ ਦਾ ਜੰਗ ਹੋਇਆ ਜਾਰਾ ਮੁਗਲ ਫੌਜੀ ਸਿੰਘਾਂ ਨੇ ਤਲਵਾਰਾਂ ਦੇ ਭੇਟ ਜੜੇ 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜ਼ਾ ਕਰ ਲਿਆ ਤਿੰਨਾਂ ਜਲਾਦਾਂ ਨੂੰ ਆਪਣੀ ਕਰਨੀ ਦੀ ਸਜ਼ਾ ਦੇ ਕੇ ਕਤਲ ਕਰ ਦਿੱਤਾ ਭਾਈ ਫਤੇ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿੱਤਾ ਇਹਨਾਂ ਸਾਰੀਆਂ ਜਿੱਤਾਂ ਦੇ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਸਿੱਧੀ ਵੀ ਹੁਣ ਦੂਰੂ ਦੂਰ ਤੱਕ ਫੈਲ ਗਈ ਬਹੁਤ ਲੋਕ ਜੋ ਮੁਗਲ ਹਕੂਮਤ ਤੋਂ ਦੁਖੀ ਸਨ ਬੰਦਾ ਸਿੰਘ ਬਹਾਦਰ ਦੇ ਨਾਲ ਆ ਮਿਲੇ ਪੰਜਾਬ ਦੇ ਸਿੱਖਾਂ ਨੂੰ ਜਦੋਂ ਗੁਰੂ ਸਾਹਿਬ ਦੇ ਹੁਕਮਨਾਮੇ ਤੇ ਬੰਦਾ ਬਹਾਦਰ ਦੇ ਸੰਦੇਸ਼ ਮਿਲੇ ਤਾਂ ਸਿੱਖ ਆਪਣਾ ਘਰਵਾਰ ਛੱਡ ਕੇ ਮਾਲ ਅਸਵਾ ਬੇਚ ਕੇ ਇਸ ਧਰਮ ਯੁੱਧ ਦੇ ਵਿੱਚ ਆ ਕੇ ਸ਼ਾਮਲ ਹੋ ਗਏ। ਮਾਲਵੇ ਦੇ ਲੋਕ ਸਿੱਧਾ ਰਸਤਾ ਹੋਣ ਕਰਕੇ ਜਲਦੀ ਪਹੁੰਚ ਗਏ ਪਰ ਮਾਝੇ ਦਾ ਰਸਤਾ ਲੰਬਾ ਸੀ। ਉਹਨਾਂ ਨੂੰ ਅਜੇ ਸਮਾਂ ਲੱਗਣਾ ਸੀ। ਇਸ ਤੋਂ ਅੱਗੇ ਖੜਾਮ, ਹਸਕਾ, ਸ਼ਾਹਬਾਦ, ਮਾਰਕੰਡਾ, ਮੁਸਤਫਾ ਬਾਦ ਤੇ ਖਾਲਸੇ ਦਾ ਨਿਸ਼ਾਨ ਸਭ ਚੁਲਾ ਦਿੱਤਾ। ਖੜਾਮ ਜੋ ਸੈਦ ਪਠਾਣਾ ਦਾ ਗੜ੍ਹ ਸੀ ਮਾਲਵੇ ਦੇ ਮਲਵੇ ਦੇ ਢੇਰ ਵਿੱਚ ਬਦਲ ਕੇ ਰੱਖ ਦਿੱਤਾ। ਮੁਸਤਫਾਵਾਦੀ ਲੜਾਈ ਵਿੱਚ ਦੋ ਤੋਪਾਂ ਸਿੱਖਾਂ ਦੇ ਹੱਥ ਆਈਆਂ। ਇਸ ਤੋਂ ਬਾਅਦ ਕਪੂਰੀ ਕਸਵੇ ਵੱਲ ਬਦੇ। ਜਦੋਂ ਬੰਦਾ ਸਿੰਘ ਬਹਾਦਰ ਇੱਥੇ ਪਹੁੰਚਿਆ ਤਾਂ ਕਪੂਰੀ ਕਸਵੇ ਦੇ ਰਹਿਣ ਵਾਲੇ ਹਿੰਦੂ ਬ੍ਰਾਹਮਣ ਪਾਪਾ ਬੰਦਾ ਸਿੰਘ ਬਹਾਦਰ ਕੋਲ ਆਏ ਤੇ ਆਪਣੀਆਂ ਧੀਆਂ ਪੈਣ ਦੀ ਇੱਜ਼ਤ ਬਚਾਉਣ ਲਈ ਹੱਥ ਜੋੜ ਕੇ ਫਰਿਆਦ ਕਰਨ ਲੱਗੇ। ਇੱਥੋਂ ਦਾ ਹਾਕਮ ਤਗਮੁਦੀਨ ਬੜਾ ਜ਼ਾਲਮ ਸੀ। ਉਸ ਦਾ ਐਲਾਨੀ ਹੁਕਮ ਸੀ ਕਿ ਹਿੰਦੂ ਦੀ ਬੱਚੀ ਜਦੋਂ ਜਵਾਨ ਹੋਏ ਤਾਂ ਸਭ ਤੋਂ ਪਹਿਲੇ ਉਹਦੇ ਮਹਿਲ ਵਿੱਚ ਭੇਜੀ ਜਾਵੇ ਨਮੀ ਵਿਆਹੀ ਬੱਚੀ ਡੋਲੇ ਵਿੱਚੋਂ ਕੱਢ ਕੇ ਸਭ ਤੋਂ ਪਹਿਲਾਂ ਉਹਦੀ ਪੇਟ ਚੜਦੀ ਜਦ ਬੰਦਾ ਸਿੰਘ ਬਹਾਦਰ ਨੇ ਇਹ ਸਭ ਸੁਣਿਆ ਤਾਂ ਉਹ ਤਾਂ ਖੂਨ ਖਾਲ ਉੱਠਿਆ ਉਸ ਵਕਤ ਲੰਗਰ ਤਿਆਰ ਹੋ ਰਿਹਾ ਸੀ ਬੰਦਾ ਸਿੰਘ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਪ੍ਰਸ਼ਾਦਾ ਅਸੀਂ ਸਵੇਰੇ ਛਕਾਂਗੇ ਪਹਿਲਾਂ ਸਿੱਖ ਪੂਰੇ ਦੇ ਹਾਕਮ ਦਾ ਫੈਸਲਾ ਮੁਕਾ ਲਈਏ ਕਪੂਰੀ ਕਸਬੇ ਤੇ ਕਬਜ਼ਾ ਕਰ ਲਿਆ ਤੇ ਕਦਮੂ ਕਦਮੂਦੀਨ ਨੂੰ ਭਿਆਨਕ ਸਜ਼ਾ ਦਿੱਤੀ ਦੇਵਾਂ ਦੇ ਫੌਜਦਾਰ ਜੋ ਸਿੱਖਾਂ ਦੇ ਖਿਲਾਫ ਲੁੱਟਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ ਉਹਨੂੰ ਵੀ ਸਖਤ ਸਜ਼ਾ ਦਿੱਤੀ ਬੰਦਾ ਸਿੰਘ ਬਹਾਦਰ ਜੀ ਦੇ ਆਉਣ ਦੇ ਨਾਲ ਪਹਿਲੀ ਵਾਰੀ ਪੰਜਾਬ ਦੀ ਸਿਆਸਤ ਵਿੱਚ ਜਬਰਦਸਤ ਤਮਾਕਾ ਹੋਇਆ ਜਿਸ ਤਮਾਕੇ ਨੂੰ ਮੁਸਲਮਾਨ ਲਿਖਾਰੀ ਅਜਲ ਬਲਾ ਕਹਿੰਦੇ ਹਨ ਪੰਜਾਬ ਦੀ ਸਿਆਸਤ ਵਿੱਚ ਉਹ ਹਲਚਲ ਮਚਾਈ ਕਿ ਇੱਕ ਵਾਰੀ ਤਾਂ ਧਰਤੀ ਨੂੰ ਵੀ ਕੰਬਾ ਛੱਡ ਗਿਆ ਉਥੋਂ ਸਡੋਰੇਵਾਲ ਨੂੰ ਤੁਰੇ ਇਤੋਹ ਦਾ ਹਾਕਮ ਉਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿੱਤਰ ਪੀਰ ਬੁੱਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕੀਤਾ ਸੀ ਕਹਿੰਦੇ ਹਨ ਕਿ ਜਦੋਂ ਉਸ ਨੇ ਮੁਗਲ ਦਰਬਾਰ ਵਿੱਚ ਇਹ ਸੁਣਿਆ ਕਿ ਪੀਰ ਬੁੱਧੂ ਸ਼ਾਹ ਨੇ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਜੀ ਦੀ ਪੰਗਾਹਣੀ ਦੇ ਯੁੱਧ ਵਿੱਚ ਸਹਾਇਤਾ ਕੀਤੀ ਹੈ ਤਾਂ ਉਹ ਗੁੱਸੇ ਨਾਲ پاگل ਹੋ ਗਿਆ ਸੀ ਉਸ ਨੇ ਪੀਰ ਬੁੱਧੂ ਸ਼ਾਹ ਨੂੰ ਤਬਾਹ ਕਰਨ ਦਾ ਸੋਚ ਲਿਆ ਪੀਰ ਬੁੱਧੂ ਸ਼ਾਹ ਦੀ ਹਵੇਲੀ ਨੂੰ ਅੱਗ ਲਗਾ ਦਿੱਤੀ ਤੇ ਪੀਰ ਬੁੱਧੂ ਸ਼ਾਹ ਨੂੰ ਜੰਗਲ ਵਿੱਚ ਲੈ ਜਾ ਕੇ ਜ਼ਮੀਨ ਵਿੱਚ ਗੱਡ ਕੇ ਜੰਗਲੀ ਕੁੱਤੇ ਛੱਡ ਦਿੱਤੇ ਜੋ ਪੀਰ ਜੀ ਨੂੰ ਨੋਚ-ਨੋਚ ਕੇ ਖਾ ਗਏ। ਉਸਮਾਨ ਖਾਨ ਨੂੰ ਉਹਦੀ ਕਰਨੀ ਦੀ ਬੜੀ ਭਿਆਨਕ ਸਜ਼ਾ ਦਿੱਤੀ। ਮੁਖਲਿਸ ਗੜ ਦਾ ਢਿਲਾ ਫਤਿਹ ਕਰ ਲਿਆ ਜਿਹਦਾ ਨਾਮ ਲੋਹ ਗੜ ਰੱਖਿਆ। ਉਸ ਤੋਂ ਉਪਰੰਤ ਅੰਬਾਲਾ, ਛੱਤ ਬਨੂੜ ਜੋ ਜ਼ੁਲਮ ਤੇ ਜ਼ਬਰ ਦੇ ਗੜ ਸੀ ਉੱਥੇ ਕਬਜ਼ਾ ਕਰ ਲਿਆ। ਇਸ ਤੋਂ ਬਾਅਦ ਉਹ ਖਰੜਵਾਲ ਨੂੰ ਤੁਰੇ। ਮੰਨਦਾ ਸਿੰਘ ਦੇ ਆਉਣ ਦਾ ਸੁਣ ਕੇ ਸਿੱਖਾਂ ਦੇ ਹੌਸਲੇ ਬਲੰਦ ਹੋ ਚੁੱਕੇ ਸਨ। ਮੱਝ ਤੇ ਦੋਆਬੇ ਦੇ ਸਿੱਖਾਂ ਨੇ ਮੁਗਲ ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ ਤੇ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਸਰਹੰਦ ਬਲਕੂਚ ਕਰ ਦਿੱਤਾ। ਗੁਰੂਪੁਰ ਦੇ ਸਥਾਨ ਤੇ ਇਹਨਾਂ ਸਿੰਘਾਂ ਨਾਲ ਸ਼ਾਹੀ ਫੌਜ ਦੀ ਪਹਿਲੀ ਲੜਾਈ ਹੋਈ। ਵਜ਼ੀਰ ਖਾਨ ਦੇ ਹੁਕਮ ਉਤੇ ਮਲੇਰ ਕੋਟੜਾ ਦੇ ਨਵਾਬ ਸ਼ੇਰ ਖਾਨ ਨੇ ਆਪਣੇ ਭਰਾ ਖিজਰ ਖਾਨ ਤੇ ਭਤੀਜੇ ਅਨੁਸਰਤ ਅਲੀ ਅਨੁਸਰਤ ਖਾਨ ਤੇ ਬਲੀ ਮੁਹੰਮਦ ਖਾਨ ਸਮੇਤ ਸਿੱਖਾਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ। ਸਿੱਖਾਂ ਨੇ ਮਲੇਰ ਕੋਟਰਾ ਦੇ ਪਠਾਨਾਂ ਨਾਲ ਤਕੜੀ ਜੜਪ ਹੋਈ ਦੋ ਦਿਨ ਖੂਨ ਡੋਲ ਵੀ ਲੜਾਈ ਵਿੱਚ ਖਿਜ਼ਰ ਖਾਨ Nusrat Khan ਤੇ ਬਲੀ ਮੁਹੰਮਦ ਖਾਨ ਮਾਰੇ ਗਏ ਤੇ ਸ਼ੇਰ ਮੁਹੰਮਦ ਸਖਰ ਜ਼ਖਮੀ ਹੋ ਗਿਆ ਸਿੰਘ ਇਹ ਲੜਾਈ ਜਿੱਤ ਕੇ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਆ ਮਿਲੇ ਇਹ ਸਾਰੀਆਂ ਜਿੱਤਾਂ ਆਉਣ ਵਾਲੀ ਸਰਹੰਦ ਦੀ ਵੱਡੀ ਮੁਹਿੰਮ ਦਾ ਆਧਾਰ ਬਣੀਆ ਜਿੱਤਾਂ ਦੇ ਇਸ ਲੰਬੇ ਸਿਲਸਲੇ ਨੂੰ ਸੁਣ ਕੇ ਸਰਹੰਦ ਦਾ ਸੂਬੇਦਾਰ ਵजीर खान ਨੂੰ ਵੀ ਇੱਕ ਵਾਰ ਕੰਬਤ ਛੜ ਗਿਆ। ਹਾਲਾਂਕਿ ਉਹ ਖੁਦ ਇੱਕ ਜੰਗਜੂ ਜੰਗੀ ਚਾਲਾਂ ਨੂੰ ਸਮਝਣ ਵਾਲਾ ਕੁਸ਼ਲ ਪ੍ਰਬੰਧਕ ਸੀ ਉਸ ਕੋਲ 48 ਤੋਪਾਂ 200 ਹਾਥੀ ਤੇ 10000 ਘੋੜਸਵਾਰ 5000 ਪਿਆਦਾ ਫੌਜ ਅਣਗਿਣਤ ਬੰਦੂਕਾਂ ਦਾਰੂ ਸਿੱਕਾ ਤੇ ਰਸਦ ਦੇ ਭੰਡਾਰ ਇਕੱਠੇ ਕੀਤੇ ਹੋਏ ਸੀ। ਰਾਜੇ ਰਜਵਾਰਿਆਂ ਨੂੰ ਵੀ ਬੁਲਾ ਲਿਆ ਜਿਹਹਾਦ ਦਾ ਨਾਹਰਾ ਲਾ ਕੇ ਨਵਾਬਾਂ ਤੇ ਜ਼ਗੀਰਦਾਰਾਂ ਦੀਆਂ ਫੌਜਾਂ ਵੀ ਇਕੱਠੀਆਂ ਕਰ ਲਈਆਂ ਸਰਹੰਦ ਨੂੰ ਬਚਾਉਣ ਲਈ हिसार ਤੋਂ ਲੈ ਕੇ ਗੁਜਰਾਤ ਤੱਕ ਦੇ 5000 ਗਾਜ਼ੀ ਵੀ ਪਹੁੰਚੇ ਹੋਏ ਸਨ 20000 ਦੀ ਆਪਣੀ ਫੌਜ ਸੀ ਵੱਡੀ ਗਿਣਤੀ ਵਿੱਚ ਹਾਥੀ, ਕੋਟ ਚੜੇ ਬੰਦੂਕਾਂ ਸੀ, ਨੇਜਾ, ਬਰਦਾਰ ਤੇ ਤਲਵਾਰ ਬਾ ਸ਼ਾਮਿਲ ਸਨ ਵਜ਼ੀਰ ਖਾਨ ਨੇ ਖਾਲਸੇ ਦੇ ਨਿਸ਼ਾਨ ਨੂੰ ਮਿਟਾਉਣ ਲਈ ਪੂਰੀ ਬਾ ਲਗਾ ਦਿੱਤੀ ਜੰਗ ਦੀ ਤਿਆਰੀ ਲਈ ਸਾਰੇ ਸਾਧਨ ਜੁਟਾ ਲਏ ਗੋਲੀ, ਸਿੱਕਾ, ਬਾਰੂਦ ਨਾਲ ਕੋਠੇ ਭਰ ਲਏ ਵजीर खान ਨੇ ਸਰਹੰਦ ਤੋਂ ਬੰਦਾ ਸਿੰਘ ਬਹਾਦਰ ਨੂੰ ਇੱਕ ਚਿੱਠੀ ਭੇਜੀ ਜਿਹਦੇ ਵਿੱਚ ਲਿਖਿਆ ਕਿ ਤੈਨੂੰ ਸਿੱਖਾਂ ਦੇ ਉਸ ਗੁਰੂ ਨੇ ਭੇਜਿਆ ਜਿਸ ਦੇ ਪੁੱਤਰਾਂ ਨੂੰ ਮੈਂ ਕੋਹ ਕੋਹ ਕੇ ਮਾਰਿਆ ਗੁਰੂ ਨੂੰ ਚਮਕੌਰ ਦੀ ਗੜੀ ਵਿੱਚੋਂ ਭੁਜਾ ਦਿੱਤਾ ਮੇਰੀ ਫੌਜ ਦੇ ਫੁਲਾਦੀ ਦੰਦ ਹਨ ਤੈਨੂੰ ਤਾਂ ਕੱਚਾ ਚਵਾ ਜਾਣਗੇ ਬੰਦਾ ਸਿੰਘ ਬਹਾਦਰ ਨੇ ਚਿੱਠੀ ਦਾ ਜਵਾਬ ਦਿੱਤਾ ਕਿ ਫੁਲਾਦ ਦੇ ਦੰਦਾਂ ਨਾਲ ਲੋਹੇ ਦੇ ਚਨੇ ਨਹੀਂ ਚਵਾਏ ਜਾਂਦੇ ਕਿਤਨੀ ਹੈਰਾਨੀ ਦੀ ਗੱਲ ਹੈ ਕਿ ਸਰਹੰਦ ਦਾ ਸੂਬਾ ਫਕਰ ਨਾਲ ਕਹਿ ਰਿਹਾ ਕਿ ਉਸਨੇ 5-7 ਸਾਲ ਦੇ ਬੱਚਿਆਂ ਨੂੰ ਕੋਕੋ ਕੇ ਮਾਰਿਆ ਉਸ ਨੂੰ ਆਪਣੇ ਕੀਤੇ ਗੁਨਾਹ ਦਾ ਕੋਈ ਅਫਸੋਸ ਜਾਂ ਪਛਤਾਵਾ ਨਹੀਂ ਸੀ ਉਸ ਦੀ ਜ਼ਮੀਰ ਨੇ ਕਦੀ ਉਸ ਨੂੰ ਝੰਜੋੜਿਆ ਹੀ ਨਹੀਂ ਇਸ ਤੋਂ ਪਤਾ ਚੱਲਦਾ ਹੈ ਕਿ ਮੁਗਲ ਹਕੂਮਤ ਬੇਸ਼ੀਅਾਨਤ ਤੇ ਦਰਿੰਦਗੀ ਨਾਲ ਜ਼ੁਲਮ ਕਰਦੇ ਕਰਦੇ ਹੁਣ ਤੱਕ ਇਤਨੀ ਆਦੀ ਤੇ ਪਰਪੱਕ ਹੋ ਚੁੱਕੀ ਸੀ ਕਿ ਜ਼ੁਲਮ ਕਰਨਾ ਉਹਨਾਂ ਦਾ ਪੇਸ਼ਾ ਸਿਆਸੀ ਨੀਤੀ ਤੇ ਨਿਸ਼ਾਨਾ ਬਣ ਚੁੱਕਾ ਸੀ ਸਰਹੰਦ ਕੂਚ ਕਰਨ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੀ ਖਾਲਸਾਈ ਫੌਜਾਂ ਨਾਲ ਇੱਕ ਹੋਰ ਸ਼ਕਤੀਸ਼ਾਲੀ ਸਿੰਘਾਂ ਦਾ ਜਥਾ ਬਨੂੜ ਦੇ ਨੇੜੇ ਆੜ ਰਿਹਾ ਜਿਸ ਨਾਲ ਖਾਲਸਾਈ ਫੌਜ ਦੀ ਤਾਕਤ ਵਿੱਚ ਵਾਧਾ ਹੋਇਆ ਬੰਦਾ ਸਿੰਘ ਬਹਾਦਰ ਕੋਲ ਸਿਰਫ 6 ਤੋਪਾਂ 5000 ਧੜਵੀ 1000 ਘੋੜਸਵਾਰ ਤੇ ਕੁਝ ਮਰਜੀਬੜੇ ਸਿੱਖ ਜੋ ਜਾਨ ਤਲੀ ਤੇ ਰੱਖ ਕੇ ਲੜਨਾ ਮਰਨਾ ਜਾਣਦੇ ਸਨ ਪ੍ਰਚੜ ਦੀ ਕਲਾ ਤੇ ਗੁਰੂ ਸਾਹਿਬ ਥਾਪੜਾ ਤੇ ਆਸ਼ੀਰਵਾਦ ਉਹਨਾਂ ਦੇ ਨਾਲ ਸੀ ਚੱਪੜਚੜੀ ਦੇ ਮੈਦਾਨ ਵਿੱਚ ਦੋਨਾਂ ਦੀਆਂ ਫੌਜਾਂ ਆ ਡਟੀਆਂ ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਇੱਕ ਜਥਾ ਫਤੇ ਸਿੰਘ ਕਰਮ ਸਿੰਘ ਧਰਮ ਸਿੰਘ ਆਲੀ ਸਿੰਘ ਤੇ ਦੂਸਰੇ ਜਥੇ ਦਾ ਆਗੂ ਬਾਬਾ ਬినੋਦ ਸਿੰਘ ਬਾਜ ਸਿੰਘ ਆਰਾਮ ਸਿੰਘ ਤੇ ਸ਼ਾਮ ਸਿੰਘ 12 ਮਈ 1710 ਵਿੱਚ ਚੱਪੜਚੜੀ ਦੇ ਮੈਦਾਨ ਵਿੱਚ ਜੋ ਪਹਿਲਾਂ ਚੱਪੜਚੜੀ ਦੇ ਨਾਮ ਨਾਲ ਮਸ਼ਹੂਰ ਸੀ ਸਰਹੰਦ ਤੋਂ ਕੋਈ 10 ਕੋਹ ਦੀ ਦੂਰੀ ਤੇ ਪਾਰੀ ਜੰਦ ਹੋਇਆ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਵਜ਼ੀਰ ਖਾਨ ਨੇ ਇੱਕ ਚਾਲ ਚੱਲੀ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਭਗਦਰ ਮਚਾਉਣ ਵਾਸਤੇ ਸੁਚਾਨੰਦ ਦੇ ਭਤੀਜੇ ਗੰਡਾ ਮੱਲ ਨੂੰ ਹਜ਼ਾਰ ਫੌਜ ਦੇ ਕੇ ਬੰਦਾ ਸਿੰਘ ਬਹਾਦਰ ਕੋਲ ਭੇਜਿਆ ਜਿਨੇ ਆ ਕੇ ਕਿਹਾ ਕਿ ਮੈਂ ਆਪਣੇ ਚਾਚਾ ਦੀ ਕਰਨੀ ਤੇ ਬੇहद ਸ਼ਰਮਿੰਦਾ ਹਾਂ ਮੈਂ ਤੁਹਾਡੀ ਫੌਜ ਵਿੱਚ ਭਰਤੀ ਹੋ ਕੇ ਉਹਨਾਂ ਦੀ ਇਸ ਬੁੱਲ ਦਾ ਪ੍ਰਾਸਚਿਤ ਕਰਨਾ ਚਾਹੁੰਦਾ ਬੰਦਾ ਸਿੰਘ ਬਹਾਦਰ ਨੇ ਉਸ ਨੂੰ ਫੌਜ ਵਿੱਚ ਭਰਤੀ ਤਾਂ ਕਰ ਲਿਆ ਪਰ ਬਾਜ ਸਿੰਘ ਨੂੰ ਕਹਿ ਦਿੱਤਾ ਕਿ ਉਸ ਤੇ ਨਜ਼ਰ ਰੱਖੀ ਜਾਵੇ ਇਹ ਲੜਾਈ ਸ਼ੁਰੂ ਹੋਣ ਤੇ ਉਸਨੇ ਬੰਦਾ ਸਿੰਘ ਦੇ ਫੌਜੀ ਮਰਵਾਉਣੇ ਸ਼ੁਰੂ ਕਰ ਦਿੱਤੇ ਬਾਜ ਸਿੰਘ ਨੇ ਇੱਕੋ ਛਟਕੇ ਨਾਲ ਉਹਦੀ ਗਰਦ ਨੂੰ ਉਤਾਰ ਦਿੱਤੀ ਤੇ ਬਾਕੀ ਤਾੜਵੀਓ ਦੇ ਸਾਥੀ ਸਭ ਖਿਸ ਗਏ ਲੜਾਈ ਸ਼ੁਰੂ ਹੋਈ ਸਿੱਖਾਂ ਕੋਲ ਤੋਪ ਤਾਂ ਨਹੀਂ ਸੀ ਤੋਪਾਂ ਨਾਲ ਮੁਕਾਬਲਾ ਕਰਨਾ ਔਖਾ ਸੀ ਸਭ ਤੋਂ ਪਹਿਲਾਂ ਬੰਦਾ ਸਿੰਘ ਬਹਾਦਰ ਦੀ ਹਦਾਇਤ ਅਨੁਸਾਰ ਸਿੱਖ ਦੁਸ਼ਮਣ ਦੀਆਂ ਤੋਪਾਂ ਤੇ ਡੁੱਟ ਪਏ ਤੇ ਸਾਰੀਆਂ ਤੋਪਾਂ ਖੋ ਲਈਆਂ ਹੱਥੋਂ ਹੱਥ ਲੜਾਈ ਹੋਈ ਬੜਾ ਭਿਆਨਕ ਨਜ਼ਾਰਾ ਸੀ ਖੰਡੇ ਨਾਲ ਖੰਡਾ ਖੜਕਿਆ ਲੋਥਾਂ ਦੇ ਢੇਰ ਲੱਗ ਗਏ ਖੂਨ ਦੀਆਂ ਨਦੀਆਂ ਵਹਿ ਨਿਕਲੀਆਂ ਵਜ਼ੀਰ ਖਾਨ ਨੇ ਸਿੱਖਾਂ ਤੇ ਕਾਬੂ ਪਾਉਣ ਲਈ ਆਪਣਾ ਹਾਥੀ ਅਗਲੀ ਪਾਲ ਵਿੱਚ ਲਿਆ ਕੇ ਗਾਜਿਆਂ ਨੂੰ ਹਲਾ ਹਲਾ ਸ਼ੇਰੀ ਦੇਣ ਲੱਗਾ ਬੰਦਾ ਸਿੰਘੇ ਖੁੱਚੀ ਢਿੱਬੀ ਤੇ ਬੈਠ ਕੇ ਦੋਨੋਂ ਫੌਜਾਂ ਦਾ ਜਾਇਜ਼ਾ ਲੈ ਰਿਹਾ ਸੀ ਇਕਦਮ ਉੱਠੇ ਤੇ ਮੋਰਲੀ ਕਤਾਰ ਵਿੱਚ ਆ ਕੇ ਬੈਰੀਆਂ ਤੇ ਬਿਜਲੀ ਬੰਗ ਟੁੱਟ ਪਈ ਸਿੱਖਾਂ ਦੇ ਹੌਸਲੇ ਵਧ ਗਏ ਤੇ ਜੋਸ਼ ਚਰਮ ਸੀਮਾ ਤੱਕ ਪਹੁੰਚ ਗਏ ਵਜ਼ੀਰ ਖਾਨ ਬਾਲ ਸਿੰਘ ਤੇ ਫਤੇ ਸਿੰਘ ਉਹ ਵਿੱਚ ਘਿਰ ਗਏ ਫਤੇ ਸਿੰਘ ਨੇ 40 ਨਾਲ ਤਲਵਾਰ ਚਲਾਈ ਤੇ ਉਹਦੀ ਬਾਹ ਕੱਟ ਦਿੱਤੀ ਉਹ ਧਰਤੀ ਤੇ ਡਿੱਗ ਪਿਆ ਵਜ਼ੀਰ ਖਾਨ ਨੂੰ ਜਿੰਦਾ ਹੀ ਦਗੋਚ ਲਿਆ ਸ਼ਾਹੀ ਫੌਜ ਵਿੱਚ ਹਫੜਾ ਤਫੜੀ ਮਚ ਗਈ ਜਿੱਧਰ ਮੂੰਹ ਆਇਆ ਸਭ ਨਸ ਗਿਆ ਸਭ ਕੁਝ ਧਨ ਮਾਲ ਤੋਪਾਂ ਘੋੜੇ ਰਸਦ ਸਿੰਘਾਂ ਦੇ ਹੱਥ ਆ ਗਏ ਸਰਹੰਦ ਫਤਿਹ ਹੁੰਦੇ ਜਕਾਰੇ ਛੱਡੇ ਗਏ ਨਗਾਰਾ ਵੱਜਿਆ ਅਗਲੇ ਦਿਨ ਸਿੰਘਾਂ ਦੀ ਮਰਮ ਪੱਟੀ ਕੀਤੀ ਗਈ ਸ਼ਹੀਦਾਂ ਦਾ ਸਸਕਾਰ ਕਰਕੇ ਸਰਹੰਦ ਸ਼ਹਿਰ ਨੂੰ ਘੇਰ ਲਿਆ 14 ਮਈ 1710 ਨੂੰ ਸਿੱਖਾਂ ਨੇ ਸਰਹੰਦ ਵਿੱਚ ਪ੍ਰਵੇਸ਼ ਕੀਤਾ ਵਜ਼ੀਰ ਖਾਨ ਦੀਆਂ ਲੱਤਾਂ ਨੂੰ ਰਸੇ ਨਾਲ ਬੰਨ੍ਹ ਦਿੱਤਾ ਮੂੰਹ ਕਾਲਾ ਕਰਕੇ ਕੋੜੇ ਪਿੱਛੇ ਬੰਨ੍ਹ ਕੇ ਸਾਰੇ ਸ਼ਹਿਰ ਵਿੱਚ ਘੁਸਿਟਿਆ ਗਿਆ ਉਹਦੀ লাশ ਚੀਲਾਂ ਤੇ ਕਾਮਾਂ ਵਾਸਤੇ ਦਰਖਤਾਂ ਤੇ ਲਟਕਾ ਦਿੱਤੀ ਸੁਚੇ ਆਨੰਦ ਦੀ ਹਵੇਲੀ ਮਲਵੇ ਦਾ ਢੇਰ ਕਰ ਦਿੱਤੀ ਸੁਚੇ ਆਨੰਦ ਦੇ ਨੱਕ 'ਵਿਚੇ ਨਕੇਲ ਪਾ ਕੇ ਦਰ ਦਰ ਤੋਂ ਭੀਖ ਮੰਗਵਾਈ ਉਹ ਲੋਕਾਂ ਤੋਂ ਸਿਰ ਵਿੱਚ ਜੁੱਤੀਆਂ ਖਾਂਦਾ ਖਾਂਦਾ ਮਰ ਗਿਆ। ਵਜ਼ੀਰ ਖਾਨ ਦਾ ਵੱਡਾ ਪੁੱਤਰ ਡਰ ਕੇ ਦਿੱਲੀ ਭੱਜ ਗਿਆ। ਸਿੱਖਾਂ ਅਤੇ ਗਰੀਬ ਜਨਤਾ ਤੇ ਜ਼ੁਲਮ ਢਾਉਣ ਵਾਲੇ ਕੱਟੜ ਮੁਤਸਵੀਆਂ, ਲੁੱਟ ਖਸੁੱਟ ਕਰਨ ਵਾਲੇ ਅਹਲਕਾਰਾਂ ਤੇ ਲਹੂ ਪੀਣ ਵਾਲੇ ਹਾਕਮਾਂ ਦਾ ਕਤਲੇਆਮ ਕਰ ਦਿੱਤਾ ਗਿਆ। ਇਹ ਗੌਰਵਸ਼ਾਲੀ ਜਿੱਤ, ਇਹ ਸੁਨਹਿਰੀ ਯਾਦਗਾਰ ਜਿਸ ਨੇ ਖਾਲਸਾ ਪੰਥ ਦੇ ਮਨਮਸਤਕ ਕਈ ਖਾਵ ਸਿਰਜੇ ਜੋ ਹਕੀਕਤ ਵਿੱਚ ਤਬਦੀਲ ਹੋ 17 ਮਈ 1910 ਨੂੰ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਸਥਾਨ ਤੇ ਖਾਲਸਾ ਫੌਜ ਤੇ ਇਲਾਕੇ ਦੀਆਂ ਸੰਗਤਾਂ ਨੇ ਇੱਕ ਵੱਡੇ ਇਕੱਠ ਵਿੱਚ ਸਰਹੰਦ ਫਤਿਹ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਤੇ ਸਰਬ ਸੰਜੇ ਸਿੱਖ ਰਾਜ ਦਾ ਐਲਾਨ ਕੀਤਾ ਤੇ ਸਿੱਖ ਰਾਜ ਦਾ ਝੰਡਾ ਉੱਥੇ ਲਹਿਰਾਇਆ ਜਿੱਥੇ ਗੁਰੂ ਸਾਹਿਬ ਦੇ ਦੋਨੋਂ ਬੱਚੇ ਸ਼ਹੀਦ ਕੀਤੇ ਗਏ ਸੀ ਬੰਦਾ ਸਿੰਘ ਬਹਾਦਰ ਨੇ ਕੌਮੀ ਨੇਤਾ ਦੀ ਜ਼ਿੰਮਾ ਜ਼ਿੰਮੇਵਾਰੀ ਸੰਭਾਲੀ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਤੇ ਆਲੀ ਸਿੰਘ ਨੂੰ ਉਸ ਦਾ ਵਜ਼ੀਰ ਥਾਪਿਆ 28 ਪਰਗਨ ਦੇ ਮੁਖੀ ਕਾਬਲ ਸਿੱਖ ਤੇ ਹਿੰਦੂ ਲਗਾਏ ਗਏ ਜਿੱਤਾਂ ਦਾ سلسلہ ਜਲਦਾ ਰਿਹਾ ਜਲਾਈ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕੇ ਫਤਿਹ ਕਰ ਲਏ ਅਕਤੂਬਰ 1710 ਵਿੱਚ ਕਿਲਾ ਭਗਵੰਤਰਾਇ ਤੇ ਭਿੱਲੋਵਾਲ ਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਬੰਦਾ ਸਿੰਘ ਬਹਾਦਰ ਦੇ ਨਾਲ ਆਪਣੇ ਜਿੱਤੇ ਇਲਾਕਿਆਂ ਦੀ ਵੀ ਵਿਵਸਥਾ ਕਰਦੇ ਚਲੇ ਆ ਰਹੇ ਸਨ ਬੰਦਾ ਸਿੰਘ ਬਹਾਦਰ ਜੀ ਨਾਲ ਨਾਲ ਆਪਣੇ ਜਿੱਤੇ ਇਲਾਕਿਆਂ ਦੀ ਵਿਵਸਥਾ ਵੀ ਕਰਦੇ ਆ ਚਲੇ ਆ ਰਹੇ ਸਨ ਭਾਈ ਅਲੀ ਸਿੰਘ ਨੂੰ ਸਮਾਣਾ ਦਾ ਭਾਈ ਰਾਮ ਸਿੰਘ ਨੂੰ ਥਨੇਸਰ ਦਾ ਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੁਬੇਦਾਰ ਥਾਪ ਦਿੱਤਾ ਸਰਹੰਦ ਤੋਂ ਬਾਅਦ ਰਾਮ ਰਈਆ ਕੜਾਮ ਮਰੇ ਕੋਟਲਾ ਤੇ ਰਾਏਕੋਟ ਵੱਲ ਨੂੰ ਹੋ ਤਰੇ ਇੱਕ ਦਿਨ ਬੁਲਾਕ ਸਿੰਘ ਇੱਕ ਰਾਗੀ ਨੇ ਬੰਦਾ ਸਿੰਘ ਬਹਾਦਰ ਅੱਗੇ ਸ਼ਿਕਾਇਤ ਕੀਤੀ ਕਿ ਇੱਥੋਂ ਦੇ ਮਸੰਦ ਤੇ ਰਾਮ ਰਈਏ ਧਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਤੱਕ ਕਰਦੇ ਹਨ ਜਦ ਇੱਕ ਦਿਨ ਉਹ ਉੱਥੇ ਕੀਰਤਨ ਕਰਨ ਤੋਂ ਬਾਅਦ ਅਰਦਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਸਹਾਇ ਬੋਲੇ ਜਦੋਂ ਉਹਨੇ ਬਾਹਿਗਰੂ ਬਹਿਗਰੂ ਕਿਹਾ ਤਾਂ ਉਹ ਲੋਹੇ ਲਾਖੇ ਹੋ ਗਏ ਤੇ ਕਿਹਾ ਕਿ ਪੁੱਤ ਮੂਏ ਆਪੇ ਮੂ ਆਬ ਮੂਨ ਬਾਹਿਗਰੂ ਬੋਲ ਗੁੱਸੇ ਨਾਲ ਬਲਾਕ ਸਿੰਘ ਦਾ ਦਾਤਾਰਾ ਪਾਣ ਦਿੱਤਾ ਉਸ ਨੂੰ ਮਾਰਿਆ ਕੁੱਟਿਆ ਤੇ ਕਈ ਅਯੋਗ ਬੋਲ ਵੀ ਬੋਲੇ ਘਰਾਮ ਪੁੱਜ ਕੇ ਆ ਰਾਮ ਰਹੀਏ ਤੇ ਬਸੰਦਾ ਨੂੰ ਵੀ ਸਜ਼ਾ ਦਿੱਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਦੋਖਿਆਂ ਨੂੰ ਮਾਰ ਕੁੱਟ ਕੇ ਪਿੰਡ ਵਿੱਚੋਂ ਕੱਢ ਦਿੱਤਾ ਮਲੇਰ ਕੋਟਰਾ ਦੇ ਨਵਾਬ ਨੇ ਇੱਕ ਸਿੱਖ ਬੀਬੀ ਅਨੂਪ ਕੌਰ ਨੂੰ ਪਕੜ ਕੇ ਉਸ ਨਾਲ ਨਿਕਾਰ ਕਰਨਾ ਚਾਹਿਆ ਪਰ ਬੀਬੀ ਨੇ ਆਪਣੇ ਆਪ ਨੂੰ ਖੰਜਰ ਮਾਰ ਕੇ ਜਾਨ ਦੇ ਦਿੱਤੀ ਪਰ ਮੇਰਕੋਟ ਦੇ ਨਵਾਬ ਦੀ ਅਦੀਨਗੀ ਕਬੂਲ ਨਹੀਂ ਕੀਤੀ। ਨਵਾਬ ਨੇ ਉਸ ਨੂੰ ਸਿੱਖ ਧਰਮ ਦੇ ਉਲਟ ਕਬਰ ਵਿੱਚ ਦਫਨਾ ਦਿੱਤਾ। ਬੰਦਾ ਸਿੰਘ ਨੇ ਉਸ ਨੂੰ ਕਬਰ ਤੋਂ ਕਢਵਾ ਕੇ ਸਿੱਖ ਮਰਿਆਦਾ ਅਨੁਸਾਰ ਸੰਸਕਾਰ ਕੀਤਾ। ਫਿਰ ਨਵਾਬ ਨੇ ਮਾਫੀ ਮੰਗੀ ਤੇ 10000 ਨਜ਼ਰਾਨੇ ਵਜੋਂ ਭੇਟ ਦਿੱਤੀ। ਇਸ ਤੋਂ ਬਾਅਦ ਹਾਈ ਕੋਰਟ ਵਾਲ ਚਾਲੇ ਪਾ ਦਿੱਤੇ। ਉੱਥੋਂ ਦੇ ਨਵਾਬ ਨੇ 5000 ਰੁਪਏ ਤੇ ਕੁਝ ਘੋੜੇ ਨਜ਼ਰਾਨੇ ਵਜੋਂ ਦੇ ਕੇ ਅਦੀਨਗੀ ਕਬੂਲ ਕਰ ਲਈ। ਥੋੜੇ ਹੀ ਦਿਨਾਂ ਵਿੱਚ ਸਡੌਰੇ ਤੋਂ ਰਾਏਕੋਟ ਮਾਛੀਵਾੜਾ ਲੁਧਿਆਣਾ ਤੋਂ ਕਰਨਾਲ ਸੋਨੀਪੱਤ ਤੱਕ ਦੇ ਸਾਰੇ ਇਲਾਕੇ ਬੰਦਾ ਸਿੰਘ ਬਹਾਦਰ ਦੇ ਅਧੀਨ ਹੋ ਗਏ ਫਿਰ ਪੱਛਮ ਵੱਲ ਵਧੇ ਜਲਾਲਾਬਾਦ ਜਲੰਧਰ ਰਿਆੜਕੀਆ ਸ਼ਹਿਰਾਂ ਨੂੰ ਫਤਿਹ ਕਰਦੇ ਹੋਏ ਲਾਹੌਰੇ ਤੱਕ ਜਾ ਪਹੁੰਚੇ ਸਰਹੰਦ ਫਤਿਹ ਹੋਣ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੇਗਵਾਈ ਹੇਠ ਜਿੱਤਾਂ ਦਾ ਐਸਾ ਸਿਲਸਿਲਾ ਸ਼ੁਰੂ ਹੋਇਆ ਜੋ ਉਸ ਸਮੇਂ ਰੁਕਿਆ ਜਦੋਂ ਮੁਗਲ ਫੌਜ ਨੇ ਭਾਰੀ ਗਿਣਤੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਫੌਜੇ ਨੂੰ ਗਰਦਾਸ ਨੰਗਲ ਦੀ ਗੜੀ ਦੇ ਵਿੱਚ ਕੇਰਨਿਆ ਹੁਣ ਤੱਕ ਲਗਭਗ ਪੂਰੇ ਪੂਰਬੀ ਪੰਜਾਬ ਤੇ ਸਿੱਖ ਰਾਜ ਕਾਇਮ ਹੋ ਚੁੱਕਾ ਸੀ ਇੱਕ ਛੋਟੀ ਜੀ ਕੌਮ ਪਹਿਲੀ ਵਾਰ ਭਾਰਤ ਦੇ ਨਕਸ਼ੇ ਤੇ ਇੱਕ ਰਾਸ਼ੀ ਤਾਕਤ ਵਜੋਂ ਉੱਭਰ ਕੇ ਆਈ ਸਰਹੰਦ ਜੀਟੀ ਰੋਡ ਦੇ ਉੱਪਰ ਹੋਣ ਕਰਕੇ ਰਾਜਧਾਨੀ ਵਜੋਂ ਸੁਰੱਖਿਆਤ ਨਹੀਂ ਸੀ ਤੇ ਬਾਦਸ਼ਾਹੀ ਫੌਜਾਂ ਦੀ ਮਾਰ ਹੇਠ ਸੀ ਇਸ ਲਈ ਇਥੋਂ 150 ਕਿਲੋਮੀਟਰ ਦੀ ਦੂਰੀ ਤੇ ਲੋਹੜ ਗੜ੍ਹ ਕਿਲੇ ਵਿੱਚ ਜਿਸ ਦਾ ਪਹਿਲੇ ਨਾਮ ਮੁਖਲਿਸਗੜ੍ਹ ਸੀ ਆਪਣੀ ਰਾਜਧਾਨੀ ਬਣਾਈ ਸਾਰਾ ਜੰਗੀ ਸਮਾਨ ਤੇ ਖਜ਼ਾਨਾ ਆਪਣਾ ਮਾਲ ਅਸਵਾਬ ਤੇ ਜਿੱਤੇ ਹੋਏ ਇਲਾਕਿਆਂ ਤੋਂ ਉਗਰਾਹੇ ਮਾਮਲੇ ਇਸ ਜਗ੍ਹਾ ਤੇ ਇਕੱਠੇ ਕੀਤੇ ਖਾਲਸਾ ਰਾਜ ਦੀ ਸਥਾਪਨਾ ਦੀ ਘੋਸ਼ਣਾ ਕੀਤੀ ਇੱਥੇ ਰੋਜ਼ ਦਰਬਾਰ ਲਗਾਉਂਦੇ ਤੇ ਜਨਤਾ ਦੀਆਂ ਦੁੱਖਾਂ ਤਕਲੀਫਾਂ ਦਾ ਨਿਪਟਾਰਾ ਕਰ ਇਨਸਾਫ ਕਰਨ ਵੇਲੇ ਹਰ ਇੱਕ ਨੂੰ ਇੱਕੋ ਜਿਹਾ ਵਰਤਾਰਾ ਮਿਲਦਾ ਚਾਹੇ ਉਹ ਕਿਸੇ ਜਾਤੀ ਮਜ਼ਹਬ ਜਾਂ ਪ੍ਰਾਂਤ ਦਾ ਹੋਵੇ ਉਸਨੇ ਕਈ ਸੁਧਾਰ ਵੀ ਕੀਤੇ ਪੰਜਾਬ ਵਿੱਚ ਬਹੁਤੇ ਲੋਕ ਖੇਤੀਬਾੜੀ ਦਾ ਕੰਮ ਕਰਦੇ ਸੀ ਇੱਥੇ ਜ਼ਿਮੀਂਦਾਰੀ ਦੀ ਪ੍ਰਥਾ ਪ੍ਰਚਲਿਤ ਸੀ ਜ਼ਗੀਰਦਾਰ ਲਗਾਨ ਇਕੱਠਾ ਕਰਨ ਦੇ ਬਹਾਨੇ ਲੋਕਾਂ ਨੂੰ ਤੰਗ ਕਰਦੇ ਜਿੱਤੇ ਹੋਏ ਇਲਾਕਿਆਂ ਵਿੱਚ ਜ਼ਮੀਨ ਬੋਣ ਵਾਲੇ ਨੂੰ ਮਾਲਕ ਕੋਸ਼ਟ ਕਰ ਦਿੱਤਾ ਗਿਆ ਜਿਸ ਨਾਲ ਪੰਜਾਬ ਦੀ ਆਰਥਿਕ ਅਵਸਥਾ 'ਚ ਜ਼ਬਰਦਸਤ ਸੁਧਾਰ ਆਇਆ ਬੰਦਾ ਸਿੰਘ ਬਹਾਦਰ ਨੇ ਆਪਣੀ ਕੋਈ ਨਿਸ਼ਾਨੀ ਨਾ ਕੋਈ ਯਾਦਗਾਰ ਬਣਵਾਈ ਸਿਰਫ ਕੌਮ ਧਰਮ ਪੰਥ ਤੇ ਦੇਸ਼ ਲਈ ਆਪਣੀ ਆਪਣੇ ਪਰਿਵਾਰ ਤੇ ਆਪਣੇ ਪਿਆਰੇ ਸਿੱਖਾਂ ਦਾ ਖੂਨ ਡੋਲਿਆ ਉਹ ਦੁਨੀਆ ਦਾ ਪਹਿਲਾ ਹਕਮਨਾਮਾ ਸੀ ਜੋ ਤਖਤ ਤੇ ਨਹੀਂ ਬੈਠਾ ਕਲਗੀ ਨਹੀਂ ਲਗਾਈ ਆਪਣੇ ਰਾਜ ਦਾ ਸਿੱਕਾ ਨਹੀਂ ਚਲਾਇਆ ਮੋਹਰਾਂ ਤੇ ਆਪਣਾ ਨਾਮ ਨਹੀਂ ਲਿਖਵਾਇਆ ਦੇਗ ਤੇਗ ਫਤੇ ਮਤਲਬ ਜੋ ਵੀ ਹੈ ਗੁਰੂ ਦੀ ਕਿਰਪਾ ਸਦਕਾ ਜਿੱਤਾਂ ਤੇ ਆਪਣੇ ਕਾਮਯਾਬੀਆਂ ਦਾ ਮਾਣ ਆਪਣੇ ਆਪ ਨੂੰ ਨਾ ਦੇ ਕੇ ਉਸ ਅਕਾਲ ਪੁਰਖ ਗੁਰੂ ਨਾਨਕ ਸਾਹਿਬ ਦੇ ਧੰਨ ਸ਼੍ਰੀ ਗੁਰਗੋਬਿੰਦ ਸਿੰਘ ਸਾਹਿਬ ਜੀ ਨੇ ਦਿੱਤਾ ਖਾਲਸਾ ਰਾਜ ਇੱਕ ਵੱਖਰਾ ਸਿੱਕਾ ਚਲਾਇਆ ਜਿਸ ਦੀ ਕੀਮਤ ਮੁਗਲਾਂ ਦੇ ਸਿੱਕੇ ਤੋਂ ਵੱਧ ਰੱਖੀ ਸਿੱਕੇ ਉੱਤੇ ਫਾਰਸੀ ਵਿੱਚ ਖੁਦਵਾਇਆ ਸਿੱਕਾ ਜਦ ਬਰ ਹਰ ਦੋ ਆਲਮ ਤੇਗੇ ਨਾਨਕ ਬਹਿਬ ਅਸਤ ਫਤੇ ਗੋਬਿੰਦ ਸਿੰਘ شاہ ਸ਼ਹਾਨ ਬਜ਼ਲ ਸੱਚਾ ਸਾਹਿਬ ਅਸਤ ਜਿਸ ਦਾ ਮਤਲਬ ਸੀ ਕਿ ਮੈਂ ਦੁਨੀਆ ਪਰ ਵਾਸਤੇ ਸਿੱਕਾ ਜਾਰੀ ਕੀਤਾ ਹੈ ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ ਮੈਨੂੰ ਸ਼ਾਹਾਂ ਤੇ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਤ ਬਖਸ਼ੀ ਹੈ ਇਹ ਸੱਚੇ ਸਾਹਿਬ ਦੀ ਮਿਹਰ ਹੈ ਸਿੱਕੇ ਦੇ ਦੂਜੇ ਪਾਸੇ ਲਿਖਵਾਇਆ ਜਰਬ ਅਮਾਨ ਦਾਹਿਰ ਮੁਸਵਰਤ ਸਹਿ ਜੀਨਤ ਤਖਤ ਮੁਬਾਰਕ ਬਖਸ਼ ਜਾਰੀ ਹੋਇਆ ਸੰਸਾਰ ਦੇ ਸ਼ਾਂਤੀ ਸਥਾਨ ਸ਼ਹਿਰਾਂ ਦੀ ਮੂਰਤ ਤਨ ਭਾਗੀ ਰਾਸਤਾਨੀ ਤੋਂ ਮੋਹਰਾ ਤੇ ਲਿਖਵਾਇਆ ਦੇਖ ਤੇਗ ਫਤੇ ਨੁਸਰਤ ਬੇਦਰੰਗ ਜਫਤ ਅਜਨਾਨ ਗੁਰੂ ਗੋਬਿੰਦ ਸਿੰਘ ਸਰਹੰਦ ਫਤਿਹ ਹੋਣ ਤੋਂ ਬਾਅਦ ਬਾਬਾ ਬੰਦਾ ਸਿੰਘ ਜੀ ਨੇ ਇੱਕ ਨਵਾਂ ਸਮਾਤ ਆਰੰਭ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਥਾਪਿਤ ਇਹ ਪਹਿਲਾ ਸਿੱਖ ਰਾਜ ਪੂਰਨ ਧਰਮ ਨਿਰਪੱਖ ਰਾਜ ਸੀ ਫਾਰਸੀ ਸਰਕਾਰੀ ਜਵਾਨ ਸੀ ਪਰ ਹੋਰ ਪਛਾਵਾਂ ਨੂੰ ਵੀ ਮਾਨਤਾ ਦਿੱਤੀ ਗਈ ਸੀ ਰਾਜ ਦਾ ਉਦੇਸ਼ ਸ਼ਾਂਤੀ ਕਾਇਮ ਕਰਨਾ ਸੀ ਰਾਜ ਵੱਲੋਂ ਜਾਰੀ ਹੋਣ ਵਾਲੀ ਹਰ ਸੰਦ ਅਤੇ ਦਸਤਾਵੇਜ਼ ਉੱਪਰ ਜਬਰ ਅਮਨ ਬਹਿਰ ਲਿਖਿਆ ਜਾਂਦਾ ਜਿਸ ਦਾ ਮਤਲਬ ਸੀ ਕਿ ਵਿਸ਼ਵ ਸ਼ਾਂਤੀ ਦਾ ਸਥਾਨ ਹਰ ਤਰ੍ਹਾਂ ਦੇ ਨਸ਼ਿਆਂ ਅਫੀਮ ਤਮਾਕੂ ਚਰਸ ਗਾਂਜਾ ਤੇ ਪਾਬੰਦੀ ਲਗਾਈ ਔਰਤਾਂ ਬਜ਼ੁਰਗਾਂ ਦੀ ਇੱਜ਼ਤ ਹਿਫਾਜ਼ਤ ਲਈ ਸੁਰੱਖਿਆ ਮੁਹੱਈਆ ਕਰਵਾਈ ਜਾਤ ਪਾਤ ਉੱਚ ਨੀਚ ਦੇ ਭੇਤ ਭਾ ਮਿਟਾ ਕੇ ਕਾਬਲੀਅਤ ਰੱਖਣ ਵਾਲੇ ਲੋਕਾਂ ਨੂੰ ਉੱਚੇ ਅਹੁਦੇ ਦਿੱਤੇ ਤੇ ਸਮਾਜਿਕ ਬਰਾਬਰੀ ਲਈ ਅਨੇਕ ਪ੍ਰਬੰਧ ਕੀਤੇ ਸਭ ਦਾ ਇੱਕੋ ਜਿਹਾ ਸਤਿਕਾਰ। 10 ਦਸੰਬਰ 1710 ਵਿੱਚ ਬਹਾਦਰ ਸ਼ਾਹ ਨੇ ਇੱਕ ਹੁਕਮ ਜਾਰੀ ਕੀਤਾ ਕਿ ਜਿੱਥੇ ਵੀ ਕੋਈ ਸਿੱਖ ਮਿਲੇ ਉਸ ਨੂੰ ਕਤਲ ਕਰ ਦਿੱਤਾ ਜਾਵੇ। ਫਿਰ ਵੀ ਬੰਦਾ ਸਿੰਘ ਬਹਾਦਰ ਨੇ ਕਿਸੇ ਮੁਸਲਮਾਨ ਨੂੰ ਨਹੀਂ ਛਾਇਆ। ਕੋਈ ਧਾਰਮਿਕ ਬੰਦਸ਼ਾ ਨਹੀਂ ਲਗਾਈ। ਬੰਦਾ ਸਿੰਘ ਬਹਾਦਰ ਦੀ ਜਿੱਤਾਂ ਤੇ ਉਸ ਦੀ ਆਪਣੀ ਸ਼ਖਸੀਅਤ ਦਾ ਪ੍ਰਭਾਵ ਇਤਨਾ ਪਿਆ ਕਿ ਬਹੁਤ ਸਾਰੇ ਮੁਸਲਮਾਨ ਸਿੱਖ ਬਣ ਗਏ ਤੇ ਉਸ ਦੀ ਫੌਜ ਵਿੱਚ ਭਰਤੀ ਹੋ ਗਏ। ਉਹਨਾਂ ਦੀ ਫੌਜ ਵਿੱਚ 5000 ਤੋਂ ਵੱਧ ਮੁਸਲਮਾਨ ਸਨ ਜੋ ਮੁਗਲ ਹਕੂਮਤ ਦੇ ਵਿਰੁੱਧ ਜੰਗ ਵਿੱਚ ਹਿੱਸੇਦਾਰ ਬਣੇ ਸਨ 28 ਅਪ੍ਰੈਲ 1711 ਦੇ ਅਖਬਾਰ ਵਿੱਚ ਲਿਖਿਆ ਹੈ ਕਿ ਬੰਦੇ ਨੇ ਕਲਾ ਨੌਰ ਤੇ ਬਟਾਲੇ ਦੇ 5000 ਮੁਸਲਮਾਨਾਂ ਦੇ ਇਕੱਠ ਨੂੰ ਸਬੋਧਨ ਕਰਦਿਆਂ ਕਿਹਾ ਕਿ ਉਹ ਮੁਸਲਮਾਨਾਂ ਨੂੰ ਦੁਆਵਣਾ ਨਹੀਂ ਚਾਹੁੰਦਾ ਉਹਨਾਂ ਨੂੰ ਕੁਤਬਾ ਤੇ ਨਵਾਜ਼ ਪੜਨ ਦੀ ਪੂਰੀ ਆਜ਼ਾਦੀ ਹੈ ਬੰਦਾ ਸਿੰਘ ਬਹਾਦਰ ਦੀ ਫੌਜ ਵਿੱਚ ਮੁਸਲਮਾਨਾਂ ਨੂੰ ਨਵਾਜ਼ੀ ਸਿੱਖ ਕਿਹਾ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਪੰਜ ਵਕਤ ਨਵਾਜ਼ ਪੜਨ ਲਈ ਵਕਤ ਦਿੱਤਾ ਜਾਂਦਾ ਸੀ ਕਈ ਮੁਸਲਮਾਨ ਲਈ ਕਈ ਮੁਸਲਮਾਨਾਂ ਲਈ ਰੋਜ਼ਾਨਾ ਪੱਤਾ ਤੇ ਹੋਰ ਏਮਦਾਦਾ ਵੀ ਮੁਕਰਰ ਕੀਤੀਆਂ ਜਾਂਦੀਆਂ। ਅਖਬਾਰ ਤੇ ਕਈ ਹੋਰ ਹਵਾਲੇ ਦੱਸਦੇ ਹਨ ਕਿ ਬੰਦਾ ਸਿੰਘ ਬਹਾਦਰ ਦੀ ਲੜਾਈ ਸਿਰਫ ਉਹਨਾਂ ਅਧਿਕਾਰੀਆਂ ਨਾਲ ਸੀ ਜੋ ਪਰਜਾ ਤੇ ਆਮ ਜਨਤਾ ਤੇ ਜ਼ੁਲਮ ਕਰਨ ਦੀ ਹੱਦ ਟੱਪ ਚੁੱਕੇ ਸਨ। ਚਾਹੇ ਉਹ ਕਿਸੇ ਵੀ ਮੱਜਬ ਦੇ ਹੋਣ ਉਸ ਦਾ ਵਿਸ਼ਵਾਸ ਸੀ ਕਿ ਅਗਰ ਨਿਆਂ ਬਖਸ਼ ਨਾ ਦਿੱਤਾ ਜਾਏ ਤਾਂ ਉਹ ਅਨਿਆਂ ਦੇ ਬਰਾਬਰ ਹੁੰਦਾ ਹੈ। ਮਾਮਲੇ ਨੂੰ ਤੁਰੰਤ ਨਜਿੱਠਣ ਵਿੱਚ ਵਿਸ਼ਵਾਸ ਕਰਦਾ ਸੀ। ਉਸ ਦੀਆਂ ਨਜ਼ਰਾਂ ਵਿੱਚ ਦੋਸ਼ੀ ਦਾ ਉੱਚਾ ਰਤਬਾ ਕੋਈ ਮਾਣੇ ਨਹੀਂ ਸੀ ਰੱਖਦਾ ਜਰਮ ਜਾਬਤ ਹੋਣ ਤੇ ਬਾਈਗਰੂ ਜੀ ਜਰਮ ਸਾਬਤ ਹੋਣ ਤੇ ਵੱਡੇ ਤੋਂ ਵੱਡੇ ਸਰਦਾਰ ਨੂੰ ਗੋਲੀ ਨਾਲ ਉਡਾ ਦਿੱਤਾ ਜਾਂਦਾ ਸੀ ਬੰਦਾ ਸਿੰਘ ਬਹਾਦਰ ਹਰ ਕੰਮ ਗੁਰੂ ਦਾ ਆਸਰਾ ਲੈ ਕੇ ਕਰਦਾ ਸੀ ਉਹ ਕਦੀ ਗੁਰਮਤ ਦੇ ਮੁੱਢਲੇ ਸੂਲਾਂ ਤੋਂ ਬੇਮੁਖ ਨਹੀਂ ਹੋਇਆ ਬੰਦਾ ਸਿੰਘ ਬਹਾਦਰ ਦੀ ਇਸ ਕਦਰ ਬੱਦੀ ਤਾਕਤ ਨੂੰ ਦੇਖ ਕੇ ਸਮਸ ਖਾਨ ਨੇ ਘਬਰਾ ਕੇ ਬਹਾਦਰ ਸਾਹਿਬ ਨੂੰ ਚਿੱਠੀ ਲਿਖੀ ਕਿ ਅਗਰ ਸਿੱਖਾਂ ਨੂੰ ਬਕਸਰ ਨਾ ਕੁਚਲਿਆ ਗਿਆ ਤਾਂ ਉਹਨਾਂ ਨੂੰ ਦੁਆਬਾ ਔਖਾ ਹੋ ਜਾਏਗਾ ਇਸ ਵਕਤ ਸਿੱਖ ਅਮਲੀ ਤੌਰ ਤੇ ਦੁਆਬਾ ਮੱਝਾ ਤੇ ਸਰਹੰਦ ਦੇ ਕਾਬਜ ਸਨ ਗੰਗਾ ਜਮਨਾ ਦੇ ਮੈਦਾਨੀ ਇਲਾਕੇ ਵਿੱਚ ਉਹਨਾਂ ਦਾ ਦਬਦਬਾ ਸੀ ਬਹਾਦਰ ਸ਼ਾਹ ਨੇ ਵਕਤ ਦੀ ਨਿਜਾਕਤ ਨੂੰ ਸਮਝ ਕੇ ਆਪਣਾ ਰੁਖ ਰਾਜਪੂਤਾਂ ਤੋਂ ਹਟਾ ਕੇ ਪੰਜਾਬ ਨੂੰ ਕਰ ਲਿਆ ਸਰ ਜੌਹਨ ਮੇਲਕਮ ਲਿਖਦੇ ਨੇ ਕਿ ਜੇਕਰ ਇਸ ਵਕਤ ਬਹਾਦਰ ਸ਼ਾਹ ਦੱਖਣ ਛੱਡ ਕੇ ਪੰਜਾਬ ਵੱਲ ਨੂੰ ਮੂੰਹ ਨਾ ਕਰਦਾ ਤਾ ਸਾਰਾ ਹਿੰਦੁਸਤਾਨ ਸਿੱਖਾਂ ਦੇ ਕਬਜ਼ੇ ਹੇਠ ਹੁੰਦਾ। ਬਹਾਦਰ ਸ਼ਾਹ ਜਦ ਦੱਖਣ ਤੋਂ ਵਾਪਸ ਆਇਆ ਤਾਂ ਦਿੱਲੀ ਦੇ ਗਵਰਨਰ ਨਾਲ ਫੌਜਾਂ ਚੜਾ ਕੇ ਤਰਾਵੜੀ, ਥਾਨੇਸਰ, ਸ਼ਾਹਬਾਦ ਤੇ ਸਰਹੰਦ ਵਾਪਸ ਲੈ ਲੇ। ਬੰਦਾ ਸਿੰਘ ਬਹਾਦਰ ਨੇ ਉਸ ਨੂੰ ਅੱਗੋਂ ਜਾ ਲਿਆ। ਸ਼ਾਹਬਾਦ ਵਿੱਚ ਸ਼ਾਹੀ ਫੌਜਾਂ ਨਾਲ ਖੂਨ ਡੋਲ੍ਹ ਮੀ ਲੜਾਈ ਹੋਈ। ਸ਼ਾਹੀ ਫੌਜ ਮੂੰਹ ਦਿਖਾ ਕੇ ਨਾ ਸਕੀ। ਇਹ ਸਾਰੇ ਇਲਾਕੇ ਮੋੜ ਬੰਦਾ ਸਿੰਘ ਬਹਾਦਰ ਕੋਲ ਫੇਰ ਆ ਗਏ। ਸ਼ਾਹਬਾਦ ਦੇ ਕਿਲੇ ਦਾ ਨਾਮ ਮਸਤਕੜ ਰੱਖਿਆ ਗਿਆ। ਜਿੱਥੇ ਤਨ ਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਵਾਇਆ ਉਹ ਅੱਜ ਵੀ ਗੁਰਦੁਆਰਾ ਮਸਤਗੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਬਹਾਦਰ ਸ਼ਾਹ ਨੇ ਦਿੱਲੀ ਤੇ ਅਵਧ ਦੇ ਗਵਰਨਰਾਂ, ਮੁਰਾਦਾਬਾਦ ਤੇ ਅਲਾਹਾਬਾਦ ਦੇ ਫੌਜਦਾਰਨ ਹੁਕਮ ਦਿੱਤਾ ਕਿ ਆਪਣੀ ਫੌਜਾਂ ਨਾਲ ਲੈ ਕੇ ਆਉਣ। ਮਲਤਾਨ ਕੁਲੀ ਖਾਨ ਤੇ ਸਾਦਰ ਖਾਨ ਤੇ ਹੋਰ ਕਈ ਸਰਦਾਰ ਆਪਣੇ ਨਾਲ ਰਲਾ ਲਏ। ਮਕਰਮ ਮੁਹੰਮਦ ਅਮੀਨ ਖਾਨ ਤੇ ਕਮਰੂਦੀਨ ਵੀ ਆ ਰਹੇ। 22 ਅਗਸਤ 1710 ਸੈਦ ਬਜ਼ੀਰੂ ਦਾ ਬਜ਼ੀਰੂਦੀਨ ਤੇ ਹੋਰ ਸੈਨਾ ਦੇ ਨਾਲ ਨਾਲ ਸ਼ਾਹੀ ਫੌਜ ਵੀ ਆਦੀ। ਹਜ਼ਾਰਾਂ ਦੀ ਗੰਟੀ ਫੌਜ ਇਕੱਠੀ ਕਰ ਲਈ ਹਿੰਦੂ ਆਪਸਰਾਂ ਨੂੰ ਤੇਜ ਦਿੱਤਾ ਕਿ ਉਹ ਆਪਣੀਆਂ ਦਾੜ੍ਹੀਆਂ ਮੋਨਾ ਦੇਣ ਤਾਂ ਕਿ ਉਹਨਾਂ ਦੇ ਸਿੱਖ ਹੋਣ ਦਾ ਭੁਲੇਖਾ ਨਾ ਪਵੇ ਤਰਾਵੜੀ ਦੇ ਨੇੜੇ ਅਮੀਨਗੜ ਦੇ ਜੰਗ ਦੇ ਮੈਦਾਨ ਵਿੱਚ ਖੂਨ ਡੋਲਮੀ ਲੜਾਈ ਹੋਈ ਸਿੱਖ ਸੈਨਾ ਖਿੰਡੀ ਪੁੰਡੀ ਹੋਈ ਸੀ ਤੇ ਬਕਸੇ ਇਕੱਠੀ ਨਾ ਹੋ ਸਕੀ ਤੇ ਹਾਰ ਗਏ 300 ਸਿੱਖਾਂ ਦੇ ਸਿਰ ਵੱਢ ਕੇ ਬਹਾਦਰਾਂ ਸਾਗੇ ਪੇਸ਼ ਕੀਤੇ ਗਏ ਇਸ ਤੋਂ ਬਾਅਦ ਬੰਦਾ ਸਿੰਘ ਲੋਹੜ ਗਏ ਜਿੱਥੇ ਉਸ ਨੂੰ ਪਾਦਸ਼ਾਹ ਦੀ ਸਿੱਧੀ ਕਮਾਨ ਹੇਠਾਂ ਤਿੰਨ ਪਾਸਿਆਂ ਤੋਂ ਘੇਰ ਲਿਆ ਗਿਆ ਬਿਨਾਂ ਤੋਂ ਬਣੀ ਕਿ ਸਵੇਰੇ ਬੰਦਾ ਸਿੰਘ ਬਹਾਦਰ ਉਹਦੇ ਸਾਥੀਆਂ ਸਮੇਤ ਪਕੜ ਲਿਆ ਜਾਵੇ। ਦਸੰਬਰ 11 ਨੂੰ ਹਮਲਾ ਕੀਤਾ ਜਾਣਾ ਸੀ ਪਰ ਰਾਤ ਨੂੰ ਗੁਲਾਬ ਸਿੰਘ ਜੋਤੀ ਮਿਲਦੀ ਜਲਦੀ ਸ਼ਕਲਦਾ ਸੀ। ਬਲਦਾਨ ਦੇਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਸਾਧਨਾਂ ਦੇ ਹਵਾਬ ਕਾਰਨ ਬੰਦਾ ਸਿੰਘ ਬਹਾਦਰ ਆਪਣੇ ਸਾਥੀਆਂ ਸਮੇਤ ਕਿਲੇ ਵਿੱਚੋਂ ਨਿਕਲ ਕੇ ਪਹਾੜਾਂ ਵਾਲੇ ਪਾਸੇ ਜਾ ਤੁਰੇ। ਪਰ ਗੁਲਾਬ ਸਿੰਘ ਜੋ ਬੰਦਾ ਸਿੰਘ ਬਹਾਦਰ ਬਾਗੇ ਕੱਪੜੇ ਵਿੱਚ ਸੀ। ਸ਼ਾਹੀ ਫੌਜ ਦੇ ਕਾਬੂ ਆ ਗਿਆ। ਬਹਾਦਰ ਸ਼ਾਹ ਨੇ ਸੋਚਿਆ ਕਿ ਉਹਨਾਂ ਨੇ ਬੰਦਾ ਸਿੰਘ ਬਾਦਰ ਨੂੰ ਫੜ ਲਿਆ। ਪਰ ਜਦ ਬਹਾਦਰ ਸ਼ਾਹ ਲਾਹੌਰ ਪਹੁੰਚਿਆ ਤਾਂ ਕਾਜੀ ਨੇ ਬਹਾਦਰ ਸ਼ਾਹ ਨੂੰ ਕਿਹਾ ਕਿ ਤੁਸੀਂ ਬਾਜ਼ ਨੂੰ ਛੱਡ ਆਇਓ ਤੇ ਉੱਲੂ ਨੂੰ ਪਕੜ ਕੇ ਲੈ ਆਇਓ ਜਦ ਬਹਾਦਰ ਸ਼ਾਹ ਨੂੰ ਪਤਾ ਲੱਗਾ ਕਿ ਬੰਦਾ ਬਾਦਰਜਿੰਦਾ ਹੈ ਤਾਂ ਇਤਨਾ ਡਰ ਗਿਆ ਕਿ ਉਹਦਾ ਦਿਮਾਗ ਹਿੱਲ ਗਿਆ ਇਹ ਉਸਦੇ ਲਾਹੌਰ ਵਿੱਚ ਜਾਰੀ ਕੀਤੇ ਹੁਕਮਨਾਮਿਆਂ ਤੋਂ ਪਤਾ ਲੱਗਦਾ ਹੈ ਲਾਹੌਰ ਉਹ ਨਾਨਕ ਪ੍ਰਸਤਾ ਨੂੰ ਖਤਮ ਕਰਨ ਦੇ ਇਰਾਦੇ ਤੇ ਗਿਆ ਸੀ ਉਹਦਾ ਇੱਕ ਹੁਕਮਨਾਮਾ ਸੀ ਤੇ ਸ਼ਹਿਰ ਦੇ ਸਾਰੇ ਫਕੀਰ ਕੁੱਤੇ ਤੇ ਕੁੱਤੇ ਮਰਵਾ ਦਿੱਤੇ ਜਾਂ ਗੋੜ ਨੂੰ ਗੋੜ ਕਹਿਣਾ ਤੇ ਗ੍ਰੰਥ ਨੂੰ ਗ੍ਰੰਥ ਕਹਿਣਾ ਮਨਾ ਹੋ ਗਿਆ। ਸ਼ਾਇਦ ਗੋੜ ਤੇ ਗ੍ਰੰਥ ਸਾਹਿਬ ਉਸਨੇ ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਯਾਦ ਦਿਲਾਉਂਦੇ ਹੋਣ। ਗੁਰੂਆਂ ਦੇ ਨਾਲ ਹਕੂਮਤ ਦਾ ਸਲੂਕ ਤੇ ਧੋਖਾ ਉਹਦੇ ਸਾਹਮਣੇ ਆਉਂਦਾ ਹੋਵੇ। ਉਸਨੇ ਕਹਿ ਕਿ ਜਦ ਖੋਤੇ ਸੜਕਾਂ ਤੇ ਦੌੜਦੇ ਹਨ ਤਾਂ ਮੈਨੂੰ ਸਿੱਖ ਦੀ ਫੌਜ ਦੇ ਆਉਣ ਦੇ ਭਲੇਖਾ ਪੈਂਦਾ ਹੈ। ਜਦੋਂ ਕੁੱਤੇ ਰਾਤ ਨੂੰ ਭੌਂਕਦੇ ਹਨ ਤਾਂ ਮੈਨੂੰ ਲੱਗਦਾ ਕਿ ਸਿੱਖ ਫੌਜ ਲਾਹੌਰ ਤੇ ਹਮਲਾ ਕਰਨ ਆ ਗਈ ਹੈ। ਸਿੱਖਾਂ ਦੇ ਨਾਅਰਿਆਂ ਤੇ ਜੈਕਾਰਿਆਂ ਦੀ ਗੂੰਜ ਸੁਣਾਈ ਦਿੰਦੀ। ਉਹ ਇਤਨਾ ਡਰ ਤੇ ਸਹਿਮ ਚੁੱਕਿਆ ਸੀ ਕਿ ਆਪਣੇ ਆਖਰੀ ਦਿਨਾਂ ਵਿੱਚ پاگل ਹੋ ਗਿਆ ਤੇ 16 ਫਰਵਰੀ 1712 ਵਿੱਚਦੀ ਮੌਤ ਹੋ ਗਈ। 10 ਦਸੰਬਰ 1710 ਨੂੰ ਬੰਦਾ ਸਿੰਘ ਬਹਾਦਰ ਨਾਂ ਦੀਆਂ ਪਹਾੜੀਆਂ ਵੱਲ ਚਲੇ ਗਏ ਜਿੱਥੇ ਫੌਜਾਂ ਇਕੱਠੀਆਂ ਕਰਕੇ ਪਹਾੜੀ ਰਾਜਾਂ ਨੂੰ ਸੋਧਿਆ ਜੋ ਤਨਸ਼ੀਰ ਗੁਰੂ ਗੋਬਿੰਦ ਸਿੰਘ ਤੇ ਹਮਲੇ ਕਰਦੇ ਰਹੇ। ਜਦੋਂ ਬੰਦਾ ਸਿੰਘ ਬਹਾਦਰ ਦੇ ਸਾਥੀਆਂ ਨੇ ਕਹਿਲੂਰ ਨੂੰ ਘੇਰਾ ਪਾ ਲਿਆ, ਧੀਮ ਚੰਦ ਬਰਗਿਆਂ ਦੀ ਹੋਸ਼ ਟਿਕਾਣੇ ਆ ਗਈ। ਪਹਾੜੀ ਰਾਜਾਂ ਨੇ ਮਾਫੀਆਂ ਮੰਗੀਆਂ ਸਮਝੌਤੇ ਕੀਤੇ ਤੇ ਬਹੁਤ ਸਾਰੇ ਨਜ਼ਰਾਨੇ ਵੀ ਭੇਟ ਕੀਤੇ ਇੱਥੇ ਚੰਬੇ ਦੇ ਰਾਜੇ ਉਦੇਦ ਸਿੰਘ ਨੇ ਬੰਦਾ ਸਿੰਘ ਦੀ ਸ਼ਾਦੀ ਆਪਣੀ ਭਤੀਜੀ ਸ਼ਸ਼ੀਲ ਕੌਰ ਦੇ ਨਾਲ ਕਰਵਾਉਣ ਦੀ ਪੇਸ਼ਕਸ਼ ਕੀਤੀ ਗੁਰੂ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੇ ਅੱਗੇ ਪੇਸ਼ਕਸ਼ ਰੱਖੀ ਗਈ ਉਹਨਾਂ ਨੇ ਪੁੱਛ ਪੜਤਾਲ ਕੀਤੀ ਕਿ ਕਿਸੇ ਡਰ ਜਾਂ ਕਿਸੇ ਧੋਖੇ ਤਹਿਤ ਉਹ ਆਪਣੀ ਬੇਟੀ ਦਾ ਰਿਸ਼ਤਾ ਤਾਂ ਨਹੀਂ ਦੇ ਰਹੇ ਤਾਂ ਸ਼ਸ਼ੀਲ ਕੌਰ ਬਾਹਰ ਨਿਕਲ ਆਈ ਉਹਨੇ ਕਿਹਾ ਕਿ ਇਹ ਮੇਰੀ ਮਰਜ਼ੀ ਹੈ ਗੁਰੂ ਸਾਹਿਬ ਨੇ ਜ਼ੁਲਮ ਤੇ ਜ਼ਬਰ ਦੀ ਟੱਕਰ ਲੈਣ ਲਈ ਨੇਕਾਂ ਕੁਰਬਾਨੀਆਂ ਦਿੱਤੀਆਂ ਹਨ ਇਹਨਾਂ ਰਾਜਿਆਂ ਨੇ ਉਹਨਾਂ ਨਾਲ ਲਗਦਾਰੀ ਕੀਤੀ ਹੈ ਮੈਂ ਉਸ ਭੋਲ ਨੂੰ ਬਖਸ਼ਾਉਣ ਲਈ ਆਪਣਾ ਜੀਵਨ ਸਿੱਖੀ ਨੂੰ ਦੇ ਰਹੀ ਹਾਂ ਅਗਰ ਲੋੜ ਪਈ ਤੇ ਆਪਣਾ ਸਭ ਕੁਝ ਕੁਰਬਾਨ ਕਰ ਦਿਆਂਗੀ ਵਿਆਹ ਹੋ ਗਿਆ ਬੰਦਾ ਬਹਾਦਰ ਬੀਬੀ ਸ਼ਸ਼ੀਲ ਕੌਰ ਤੇ ਕੁਝ ਸਿੰਘ ਜੰਮੂ ਦੇ ਇਲਾਕੇ ਰਿਆਸੀ ਦੇ ਨੇੜੇ ਚਨਾਬ ਕਿਨਾਰੇ ਚਲੇ ਗਏ ਜੰਮੂ ਦੇ ਫੌਜਦਾਰ ਨੂੰ ਭਰਾ ਕੇ ਮਾਰ ਮੁਕਾਇਆ ਫਿਰ ਉਹਨਾਂ ਨੇ ਇੱਥੇ ਰਹਿਣਾ ਸ਼ੁਰੂ ਕਰ ਦਿੱਤਾ ਇੱਥੇ ਸਵੇਰੇ ਸ਼ਾਮ ਕੀਰਤਨ ਹੁੰਦਾ ਲੰਗਰ ਵਰਤਾਇਆ ਜਾਂਦਾ ਫੌਜੀ ਸਿਖਲਾਈ ਵੀ ਹੁੰਦੀ ਤਕਰੀਬਨ ਢਾਈ ਸਾਲ ਇੱਥੇ ਹੀ ਰਹੇ 16 ਫਰਵਰੀ 1712 ਵਿੱਚ ਬਹਾਦਰ ਸ਼ਾਹ ਦੀ ਮੌਤ ਹੋ ਗਈ ਤਖਤ ਲਈ ਖਾਨਾ ਜੰਗੀ ਹੋਈ ਬਹਾਦਰ ਸ਼ਾਹ ਤੋਂ ਬਾਅਦ ਜਾਨਦਾਰ ਤਖਤ ਤੇ ਬੈਠਾ ਜੋ ਕਿ ਆਯਾਸ ਇਨਸਾਨ ਸੀ ਰਾਜ ਨੂੰ ਸੰਭਾਲ ਨਾ ਸਕਿਆ ਜਿਸ ਨੂੰ ਫਰਖਸ਼ੀਰ ਨੇ ਕਤਲ ਕਰ ਦਿੱਤਾ ਤੇ ਆਪ ਤਖਤ ਤੇ ਬੈਠ ਗਿਆ ਇਸ ਦਰਨ ਬੰਦਾ ਸਿੰਘ ਨੇ ਗੁਰਦਾਸਪੁਰ ਦੇ ਕਿਲੇ ਤੇ ਕਬਜ਼ਾ ਕਰ ਲਿਆ ਉਸ ਦੀ ਮਰਮਤ ਕਰਵਾਈ ਤੇ دارو ਸਿੱਕਾ ਇਕੱਠਾ ਕੀਤਾ ਇਸ ਤੋਂ ਬਾਅਦ ਕਲਾਨੌਰ ਬਟਾਲਾ ਕਾਨੂੰਵਾਂ ਦਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ ਫਰਖਸियर ਨੇ ਬੰਦਾ ਬਹਾਦਰ ਨਾਲ ਫੈਸਲਾ ਕੋ ਲੜਾਈ ਲੜਨ ਦਾ ਫੈਸਲਾ ਕਰ ਲਿਆ ਲਾਹੌਰ ਦਾ ਗਵਰਨਰ ਅਰਦੁਸਮਦ ਖਾਨ ਕਸ਼ਮੀਰ ਦਾ ਗਵਰਨਰ ਜ਼ਬਰਦਸਤ ਖਾਨ ਪੰਜਾਬ ਦਾ ਪੌਜਦਾਰ ਤੇ ਜ਼ਗੀਰਦਾਰ ਕਟੋਚੇ ਤੇ ਜਸਰੋਤੇ ਦੀਆਂ ਫੌਜਾਂ ਤੇ 20000 ਦਿੱਲੀ ਦੀਆਂ ਫੌਜਾਂ ਸਿੱਖਾਂ ਦਾ ਖੁਰਾ ਖੋਜ ਮਟਾਉਣ ਲਈ ਪੰਜਾਬ ਦੀ ਕਮਾਂਡ ਆਬਦ ਸਮਦ ਦੀ ਆਹ ਦਲੇਰ ਜੰਗ ਦੇ ਹੱਥ ਵਿੱਚ ਦੇ ਦਿੱਤੀ ਤੇ ਹੁਕਮ ਕੀਤਾ ਕਿ ਬੰਦਾ ਸਿੰਘ ਦੇ ਖਿਲਾਫ ਭਾਰੀ ਜੰਗ ਛੜੀ ਜਾਵੇ ਕਲਨੌਰ ਸ਼ਾਹੀ ਸੈਨਾ ਨਾਲ ਬੜੀ ਬਹਾਦਰੀ ਦੇ ਨਾਲ ਮੁਕਾਬਲਾ ਹੋਇਆ ਪਰ ਬੰਦਾ ਸਿੰਘ ਬਹਾਦਰ ਗੁਰਦਾਸਪੁਰ ਦੇ ਕਿਲੇ ਤੱਕ ਨਾ ਪਹੁੰਚ ਸਕਿਆ ਗੁਰਦਾਸ ਨੰਗਲ ਵਿੱਚ ਦੁਨੀ ਚੰਦ ਦੀ ਹਵੇਲੀ ਸ਼ਰਨ ਲੈਣੀ ਸੀ 1715 ਵਿੱਚ ਬੜੀ ਭਾਰੀ ਤਿਆਰੀ ਕਰਕੇ ਬੰਦਾ ਸਿੰਘ ਬਹਾਦਰ ਚੜ੍ਹਾਈ ਕਰ ਦਿੱਤੀ ਗੁਰਦਾਸਪੁਰ ਤੋਂ 4 ਮੀਲ ਦੀ ਦੂਰੀ ਤੇ ਬੜੀ ਭਾਰੀ ਲੜਾਈ ਹੋਈ ਸਿੱਖਾਂ ਦਾ ਰਾਸ਼ਨ ਪਾਣੀ ਬੰਦ ਹੋ ਗਿਆ 8 ਮਹੀਨੇ ਭੁੱਖੇ ਰਹਿ ਕੇ ਉਹ ਦੁਨੀ ਚੰਦ ਦੀ ਗੜੀ ਵਿੱਚ ਲਗਾਤਾਰ ਟੱਕਰਾ ਕਰਦੇ ਰਹੇ ਜਦ ਰਾਸ਼ਨ ਪਾਣੀ ਖਤਮ ਹੋ ਗਿਆ ਤਾਂ ਕਾ ਪੱਤੇ ਖਾ ਕੇ ਜਦ ਕਾ ਪੱਤੇ ਵੀ ਖਤਮ ਹੋ ਗਏ ਤਾਂ ਦਰਖਤਾਂ ਦੇ ਛਿਲੜਾ ਨੂੰ ਕੁੱਟ ਕੇ ਉਹਦੀ ਰੋਟੀ ਪਕਾ ਕੇ ਖਾਂਦੇ ਰਹੇ ਜਦ ਦਰਖਤ ਵੀ ਖਤਮ ਹੋ ਗਏ ਤਾਂ ਘੋੜਿਆਂ ਦਾ ਮਾਸ ਤੇ ਜਦ ਘੋੜੇ ਵੀ ਖਤਮ ਹੋ ਗਏ ਤਾਂ ਭੁੱਖੇ ਹੀ ਲੜਦੇ ਰਹੇ ਪਰ ਹੌਸਲਾ ਨਹੀਂ ਹਾਰਿਆ ਪਰ ਆਪਸ ਵਿੱਚ ਜਿੰਨਾ ਪਿਆਰ ਸੀ ਜੋ ਇਸ ਘਟਨਾ ਤੋਂ ਪਤਾ ਚੱਲਦਾ ਹੈ ਕਿ ਬਿਮਾਰ ਸਿੱਖ ਆਪਣੇ ਜਰਨੈਲ ਬਾਜ ਸਿੰਘ ਨੂੰ ਬੁਲਾ ਕੇ ਕਹਿੰਦਾ ਕਿ ਮੈਂ ਤਾਂ ਇਤਨਾ ਬਿਮਾਰ ਹਾਂ ਲੜ ਨਹੀਂ ਸਕਦਾ ਮੇਰੇ ਪੱਟਾਂ ਦਾ ਮਾਸ ਖਾ ਲਓ ਕਿਉਂਕਿ ਤੁਸੀਂ ਤਾਂ ਅਜੇ ਜੰਗ ਵਿੱਚ ਜੂਝਣਾ ਹੈ ਇਬਰਤਨਾਮੇ ਵਿੱਚ ਮੁਹੰਮਦ ਹਰੀਸ਼ੀ ਲਿਖਦਾ ਕਿ ਸਿੱਖਾਂ ਦੇ ਬਹਾਦਰੀ ਤੇ ਦਲੇਰੀ ਪਰੇ ਕਾਰਨਾਮੇ ਹੈਰਾਨ ਕੋਨਸਨ ਸ਼ਾਹੀ ਫੌਜ ਨੂੰ ਇਹਨਾਂ ਲੋਕਾਂ ਦਾ ਇਤਨਾ ਡਰ ਸੀ ਕਿ ਸ਼ਾਹੀ ਫੌਜ ਦੇ ਕਮਾਂਡਰ ਦੁਆ ਕਰਦੇ ਸਨ ਕਿ ਖੁਦਾ ਕੁਝ ਐਸਾ ਕਰੇ ਕਿ ਬੰਦਾ ਗੜੀ ਵਿੱਚੋਂ ਨਿਕਲ ਕੇ ਬਚ ਕੇ ਨਿਕਲ ਜਾਵੇ ਅਖੀਰ 8 ਮਹੀਨੇ ਦੇ ਲੰਬੇ ਘੇਰੇ ਦੌਰਾਨ ਰਾਸ਼ਨ ਪਾਣੀ ਦਰਖਤ ਘਾਹ ਪੱਤੇ ਸਭ ਕੁਝ ਖਤਮ ਹੋ ਗਿਆ ਤਾਂ ਭੁੱਖੇ ਵੀ ਲੜਦੇ ਰਹੇ ਪਰ ਜਦ दारू सिक्का ਵੀ ਖਤਮ ਹੋ ਗਿਆ ਤਾਂ ਉਹਨਾਂ ਕੋਲ ਕੋਈ ਚਾਰਾ ਹੀ ਨਾ ਰਿਹਾ ਗੜੀ ਵਿੱਚ 117 ਕਮਾਨ ਸੀ ਤੀਰ ਇੱਕ ਵੀ ਨਹੀਂ ਸੀ 208 ਬੰਦੂਕਾਂ ਸੀ ਗੋਲੀ ਇੱਕ ਵੀ ਨਹੀਂ ਗੜੀ ਦਾ ਦਰਵਾਜ਼ਾ ਖੋਲ ਦਿੱਤਾ ਭੁੱਖੇ ਸ਼ੇਰਾਂ ਦੀ ਤਰ੍ਹਾਂ ਗੜੀ ਜੋ ਬਾਹਰ ਨਿਕਲ ਕੇ ਬਹਿਰੀਆਂ ਤੇ ਟੁੱਟ ਪਈ ਲੜਾਈ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਮਾਰੇ ਗਏ ਸਿੱਖ ਜੋ ਭੋਖ ਨਾਲ ਅਤਮਰੇ ਹੋ ਚੁੱਕੇ ਸੀ ਲੜਦੇ ਲੜਦੇ ਡਿੱਗ ਪੈਂਦੇ ਤੇ ਮੁਗਲਾਂ ਦੇ ਹੱਥ ਆ ਜਾਂਦੇ ਇਸ ਤਰ੍ਹਾਂ ਹੌਲੀ ਹੌਲੀ ਸਿੱਖ ਵੀ ਖਤਮ ਹੁੰਦੇ ਚਲੇ ਗਏ ਤੇ 300 ਅਤਮਰੇ ਸਿੰਘ ਜੋ ਮੁਗਲਾਂ ਦੇ ਹੱਥ ਆ ਗਏ ਉਹਨਾਂ ਦੇ ਸਿਰ ਕਲਮ ਕਰਕੇ ਟੁਕੜੇ ਟੁਕੜੇ ਕਰ ਦਿੱਤੇ ਗਏ ਉਹਨਾਂ ਦਾ ਪੇਟ ਪਾੜ ਕੇ ਦੇਖਿਆ ਕਿ ਕਿਤੇ ਸੋਨਾ ਦੀ ਸੋਨੇ ਦੀਆਂ ਮੋਹਰੇ ਤਾਂ ਨਹੀਂ ਨਿਕਲ ਗਏ ਜੋ ਰਹਿ ਗਏ ਕੈਦੀ ਬਣਾ ਲੈ ਗਏ ਬਾਬਾ ਬੰਦਾ ਸਿੰਘ ਇਕੱਲੇ ਰਹਿ ਗਏ ਉਹ ਇਕੱਲੇ ਵੀ ਇੰਜ ਲੱਗ ਰਹੇ ਸੀ ਜਿਵੇਂ ਭੇਡਾਂ ਦੇ ਝੁੰਡ ਵਿੱਚ ਸ਼ੇਰ ਘੁੰਮ ਰਿਹਾ ਹੋਵੇ ਸ਼ਾਹੀ ਫੌਜ ਦੇ 58 ਫੌਜੀ ਮਾਰ ਕੇ ਗ੍ਰਿਫਤਾਰ ਹੋਏ ਬੰਦਾ ਸਿੰਘ ਬਹਾਦਰ ਨੂੰ ਸੰਗਲਾਂ ਵਿੱਚ ਜਕੜ ਕੇ ਲੋਹੇ ਦੇ ਪਿੰਜਰੇ ਵਿੱਚ ਰੱਖ ਕੇ ਉੱਤੇ ਨੰਗੀਆਂ ਤਲਵਾਰਾਂ ਵਾਲਾ ਪਹਿਰੇਦਾਰ ਤਕਰੀਬਨ 200 ਸਿੱਖਾਂ ਦੇ ਸਿਰ ਨੇਜਿਆਂ ਤੇ ਟੰਗ ਕੇ ਲਾਹੌਰ ਲਜਾਏ ਗਏ ਜਕਰੀਆ ਖਾਨ ਦਾ ਹੁਕਮ ਹੋਇਆ ਕਿ ਇਹਨਾਂ ਸਿੱਖਾਂ ਦੀ ਦਿੱਲੀ ਸ਼ਹਿਰਾਂ ਤੇ ਬਾਜ਼ਾਰਾਂ ਦੇ ਵਿੱਚ ਨਮਾਇਸ਼ ਲਗਾਈ ਜਾਵੇ ਜਕਰੀਆ ਖਾਨ ਦਿੱਲੀ ਦੀ ਨਮਾਇਸ਼ ਵਾਸਤੇ ਇਹ 200 ਸਿਰ ਜਕਰੀਆ ਖਾਨ ਨੂੰ ਦਿੱਲੀ ਦੇ ਵਿੱਚ ਨਮਾਇਸ਼ ਵਾਸਤੇ 200 ਸਿੱਖ ਬਹੁਤ ਥੋੜੇ ਲੱਗੇ। ਕਤਲੇਆਮ ਦਾ ਦੌਰ ਫਿਰ ਸ਼ੁਰੂ ਹੋਇਆ। ਇਸ ਲਈ ਹੋਰ ਹਜ਼ਾਰਾਂ ਬੇਗੁਨਾ ਸਿੱਖਾਂ ਨੂੰ ਫੜ ਕੇ ਕਤਲ ਕੀਤਾ ਗਿਆ। ਵੱਡੇ ਹੋਏ ਸਿਰਾਂ ਨੂੰ ਗੱਡਿਆਂ ਵਿੱਚ ਭਰ ਕੇ ਜਕਰੀਆ ਖਾਨ ਤੇ ਕਮਰੂ ਦੀਨ ਦੀ ਅਗਵਾਈ ਹੇਠ ਦਿੱਲੀ ਨੂੰ ਤੁਰ ਪਏ। 27 ਫਰਵਰੀ 1716 ਨੂੰ 749 26 ਅਕਤੂਬਰ ਤੀ ਸਿੱਖ ਤੇ 3000 ਸ਼ਹੀਦ ਸਿੱਖ ਦਿੱਲੀ ਪਹੁੰਚੇ ਦਿੱਲੀ ਤੋਂ ਬਾਹਰ ਅਗਰਾ ਬਾਟ ਤੋਂ ਸ਼ਾਹੀ ਮਹਿਲ ਤੱਕ ਜਲੂਸ ਦੀ ਸ਼ਕਲ ਵਿੱਚ ਲਿਆਂਦਾ ਗਿਆ ਜਿੱਦੇ ਜ਼ਿੰਮੇਵਾਰੀ ਇਤਮਾਦੂ ਦੌਲਾ ਮੁਹੰਮਦ ਅਮੀਰ ਖਾਨ ਨੂੰ ਦਿੱਤੀ ਗਈ ਇਸਨੇ ਬੜੇ ਬੇਹੂਦਾ ਟੰਗ ਦੇ ਨਾਲ ਬੰਦਾ ਸਿੰਘ ਬੰਦਾ ਸਿੰਘ ਤੇ ਉਹਦੇ ਸਾਥੀਆਂ ਨੂੰ ਦਿੱਲੀ ਸ਼ਾਹੀ ਮਹਿਲ ਤੱਕ ਜਲੂਸ ਦੀ ਸ਼ਕਲ ਵਿੱਚ ਲਿਆਂਦਾ ਸਭ ਤੋਂ ਅੱਗੇ 3000 ਸਿੱਖਾਂ ਦੇ ਸਿਰ ਜਿਨ੍ਹਾਂ ਦੇ ਕੇਸ ਹਵਾ ਵਿੱਚ ਲਹਿਰਾ ਰਹੇ ਸੀ ਨੇਜਿਆਂ ਤੇ ਟੰਗੇ ਹੋਏ ਸੀ ਇੱਕ ਮਰੀ ਹੋਈ ਬਿੱਲੀ ਬਾਸ ਤੇ ਇਸ ਦੇ ਪਿੱਛੇ ਬੰਦਾ ਸਿੰਘ ਬਹਾਦਰ ਇੱਕ ਲੋਹੇ ਦੇ ਪਿੰਜਰੇ ਵਿੱਚ ਡੱਕ ਕੇ ਹਾਥੀ ਤੇ ਬਿਠਾਇਆ ਹੋਇਆ ਸੀ ਮਹੌਲ ਨੂੰ ਹਾਸੋ ਹੀ ਨਾ ਕਰਨ ਲਈ ਉਹਦੇ ਸਿਰ ਤੇ ਸੁਨੇਰੀ ਤਾਜ ਵਾਲੀ ਤਿੱਲੇ ਜਰੀ ਤਿੱਲੇ ਜਰੀ ਦੀ ਨ ਮਰੀ ਹੋਈ ਪੱਗ ਪਵਾਈ ਹੋਈ ਸੀ ਪਿੱਛੇ ਮੁਹੰਮਦ ਖਾਨ ਦਾ ਇੱਕ ਤੁਰਕੀ ਅਫਸਰ ਸੰਜੋਬ ਪਾ ਕੇ ਨੰਗੀ ਤਲਵਾਰ ਪਕੜ ਕੇ ਖੜਾ ਸੀ ਪਿੱਛੇ ਸਾਰੇ ਸਿੱਖ ਦੋ ਦੋ ਇਕੱਠੇ ਜਕੜ ਕੇ ਇੱਕ ਦੂਜੇ ਵੱਲ ਪਿੱਠ ਕਰਕੇ ਊਠਾਂ ਤੇ ਲੱਦੇ ਹੋਏ ਸੀ ਉਹਨਾਂ ਉੱਤੇ ਵੀ ਬੜੀਆਂ ਅਨੋਖੀਆਂ ਟੋਪੀਆਂ ਪੁਆਈਆਂ ਹੋਈਆਂ ਸੀ ਸੜਕਾਂ ਦੇ ਦੋਹੀਂ ਤਰਫ਼ ਮੁਗਲ ਸਿਪਾਹੀ ਤੇ ਦਿੱਲੀ ਨਿਵਾਸੀ ਖੜੇ ਹੋਏ ਸਨ ਕੋਈ ਹੱਸਦਾ ਕੋਈ ਮਖੌਲ ਕਰਦਾ ਤੇ ਕੋਈ ਪੱਥਰ ਵੀ ਮਾਰਦਾ ਪਰ ਸਿੱਖ ਅਡੋਲ ਤੇ ਸ਼ਾਂਤ ਸਨ ਇੱਕ ਮੁਗਲ ਸਰਦਾਰ ਬੰਦਾ ਸਿੰਘ ਦੇ ਮੂੰਹ ਦਾ ਜਲਾਲ ਦੇਖ ਕੇ ਕਹਿ ਨਾ ਰਹਿ ਸਕਿਆ ਕਿ ਸੁਭਾਨ ਅੱਲਾਹ ਕੈਸਾ ਦੀਦਾਰ ਔਰ ਇਤਨੇ ਅਤਿਆਚਾਰ ਬੰਦੇ ਨੇ ਸੁਣਿਆ ਤੇ ਬੜੇ ਠੰਮੇ ਨਾਲ ਉਤਰ ਦਿੱਤਾ ਕਿ ਜਦੋਂ ਜ਼ੁਲਮਾਂ ਤੇ ਸਤਮਾਂ ਦੀ ਅਤ ਹੋ ਜਾਏ ਆਕਮ ਬਗਿਆੜ ਬਣ ਜਾਣ ਤਰਬ ਮੇਰੇ ਜਹਾਨ ਨੂੰ ਜ਼ਾਲਮਾਂ ਦੀਆਂ ਜੜਾ ਪੁੱਟਣ ਨੂੰ ਭੇਜਦਾ ਹੈ ਕਿ ਜਦੋਂ ਕੰਮ ਪੂਰਾ ਹੋ ਜਾਏ ਤਾਂ ਉਹ ਤੁਹਾਡੇ ਜਹਾਨ ਨੂੰ ਭੇਜਦਾ ਹੈ ਜਾਮੇ ਸ਼ਹਾਦਤ ਪਿਲਾਉਣ ਲਈ ਤਾਂ ਕਿ ਸ਼ਹੀਦ ਦਾ ਨਾਮ ਰਹੀਂ ਦੁਨੀਆ ਤੱਕ ਕਾਇਮ ਰਹੇ ਦਿੱਲੀ ਦੇ ਮੁਸਲਮਾਨਾਂ ਵਾਸਤੇ ਬੜਾ ਮਨੋਰੰਜਕ ਨਜ਼ਾਰਾ ਸੀ ਦਿੱਲੀ ਦੀਆਂ ਗਲੀਆਂ ਬਜ਼ਾਰਾਂ ਵਿੱਚ ਇਤਨਾ ਵੱਡਾ ਜਲੂਸ ਕਦੇ ਕਿਸੇ ਨੇ ਨਹੀਂ ਦੇਖਿਆ ਸੀ ਸਿੱਖ ਵੀ ਚੜ੍ਹਦੀ ਕਲਾ ਵਿੱਚ ਸਨ ਉਨ੍ਹਾਂ ਦੇ ਚਿਹਰਿਆਂ ਤੇ ਦੀਨਤਾ ਉਦਾਸੀ ਜਾਂ ਸ਼ਰਮਿੰਦਗੀ ਦਾ ਨਾਮੋ ਨਿਸ਼ਾਨ ਤੱਕ ਨਹੀਂ ਸੀ। ਸ਼ਾਂਤ ਅਤੇ ਅਡੋਲ ਵਾਹਿਗੁਰੂ ਦਾ ਜਪ ਕਰਦੇ ਜਾ ਰਹੇ ਸਨ। ਬੰਦਾ ਸਿੰਘ ਬਹਾਦਰ ਤੇ ਉਸ 22 ਨਿੱਕ ਵਰਤਿਆਂ ਨੂੰ ਮੀਰ ਉਸ ਇਬਰਾਹਿਮ ਪੁਦੀਨ ਖਾਨ ਦੇ ਹਵਾਲੇ ਕਰ ਦਿੱਤਾ। ਬਾਕੀ ਦੇ ਸਿੱਖ ਕਤਲ ਕਰਨ ਲਈ ਦਿੱਲੀ ਦੇ ਕੋਤਵਾਲ ਸਰਵਰਾ ਖਾਨ ਦੇ ਹਵਾਲੇ ਕਰ ਦਿੱਤੇ ਗਏ। ਬੰਦੀ بنائے ਸਿੱਖਾਂ ਤੇ ਅਕਹਿ ਤੇ ਸਹਿਜ ਜ਼ੁਲਮ ਕੀਤੇ ਗਏ। ਉਹਨਾਂ ਨੂੰ ਲੱਗਾ ਸ਼ਾਇਦ ਇਤਨੇ ਤੁਸੀਂ ਇਹ ਦੇਖ ਕੇ ਕੰਬ ਜਾਣ। ਤੀਨ ਮੰਨ ਲੈਣ। ਆਪਣਾ ਧਰਮ ਬਦਲ ਲੈਣ ਪਰ ਉਹ ਸਫਲ ਨਾ ਹੋ ਸਕੇ ਬੰਦਾ ਬਹਾਦਰ ਤੇ ਹੋਰ ਮੁਖੀ ਸਰਦਾਰਾਂ ਨੂੰ ਉਸਨੇ 3 ਮਹੀਨੇ ਕੈਦ ਵਿੱਚ ਰੱਖਿਆ ਕਿਹੜਾ ਜ਼ਲਮ ਉਹਨਾਂ ਤੇ ਨਹੀਂ ਕੀਤਾ ਹੋਵੇਗਾ ਸ਼ਸ਼ੀਲ ਕੌਰ ਜੋ ਕਿ ਬਹੁਤ ਖੂਬਸੂਰਤ ਸੀ ਬਾਦਸ਼ਾਹ ਦੀ ਉਸੇ ਨਜ਼ਰ ਸੀ ਜਿਸ ਲਈ ਉਸ ਨੂੰ ਹਰਮ ਦੀ ਸ਼ਾਨਦੋ ਸ਼ੌਕਤ ਮਾਹੌਲ ਵਿੱਚ ਰੱਖਿਆ ਗਿਆ ਸ਼ਸ਼ੀਲ ਕੌਰ ਨੂੰ ਹਰ ਤਰ੍ਹਾਂ ਦੇ ਇਲਾਜ ਦਿੱਤੇ ਗਏ ਕਈ ਪੈਂਤਰੇ ਬਦਲੇ ਪਰ ਕੋਈ ਕੰਮ ਨਹੀਂ ਆਇਆ ਇਸ ਦੇ ਨਾਲ ਨਾਲ ਸਿੱਖਾਂ ਦਾ ਕਤਲੇਆਮ ਵੀ ਸ਼ੁਰੂ ਹੋ ਗਿਆ 5 ਮਾਰਚ 1716 ਤੋਂ 7 ਦਿਨ ਰੋਜ਼ 100-100 ਸਿੰਘਾਂ ਨੂੰ ਲਾਲਚ ਦੇਣ ਤੋਂ ਬਾਅਦ ਸ਼ਹੀਦ ਕੀਤਾ ਜਾਂਦਾ ਹੈ। ਅੰਗਰੇਜ਼ ਸਰਕਾਰ ਦੇ ਰਿਕਾਰਡ ਵਿੱਚ ਮਿਸਟਰ ਸਰਮਨ ਲਿਖਦੇ ਨੇ ਕਿ ਹਰ ਸਿੱਖ ਨੂੰ ਕਤਲ ਕਰਨ ਲਈ ਕੋਤਵਾਲੀ ਦੇ ਚਬੂਤਰੇ ਵਿੱਚ ਲਿਆਉਣ ਤੋਂ ਪਹਿਲੇ ਪੇਸ਼ਕਸ਼ ਕੀਤੀ ਜਾਂਦੀ ਜਾਨ ਬਖਸ਼ੀ ਦੌਲਤ ਦੇ ਅਹੁਦਿਆਂ ਦੀ ਪਰ ਇੱਕ ਸਿੱਖ ਵੀ ਲਾਲਚ ਵਿੱਚ ਨਹੀਂ ਆਇਆ। ਹਰ ਸਿੱਖ ਇੱਕ ਦੂਜੇ ਤੋਂ ਪਹਿਲੇ ਸ਼ਹੀਦ ਹੋਣ ਲਈ ਆਪਸ ਵਿੱਚ ਲੜਦੇ। ਇੱਕ ਬਜ਼ੁਰਗ ਮਾਂ ਆਪਣੇ ਬੱਚੇ ਦੀ ਫਰਿਆਦ ਕਰਨ ਆਈ। ਕਿ ਇਹ ਸਿੱਖ ਨਹੀਂ ਹੈ ਗਲਤੀ ਨਾਲ ਪਕੜਿਆ ਗਿਆ ਹੈ ਇਹਦੀ ਜਾਨ ਬਖਸ਼ ਦਿਓ ਬਾਦਸ਼ਾਹ ਨੇ ਬੱਚੇ ਨੂੰ ਛੱਡਣ ਦਾ ਪਰਵਾਨਾ ਲਿਖ ਦਿੱਤਾ ਮਾਂ ਖੁਸ਼ੀ-ਖੁਸ਼ੀ ਪਰਵਾਨਾ ਲੈ ਕੇ ਕੋਤਵਾਲੀ ਪਹੁੰਚੀ ਤੇ ਸਰਵਰਾ ਖਾਨ ਨੂੰ ਬਾਦਸ਼ਾਹ ਦਾ ਲਿਖਿਆਤ ਪਰਵਾਨਾ ਵਿਖਾਇਆ ਉਸ ਵਕਤ ਬੱਚੇ ਦੀ ਵਾਰੀ ਸੀ ਕਤਲ ਹੋਣ ਦੀ ਉਹ ਕੋਤਵਾਲੀ ਦੇ ਚਬੂਤਰੇ ਤੇ ਖੜਾ ਸੀ ਜਲਾਦ ਉਹਦਾ ਸਿਰ ਕੱਲਮ ਕਰਨ ਲਈ ਤਿਆਰ ਸੀ ਸਰਵਰਾ ਖਾਨ ਨੇ ਇੱਕਦਮ ਜਲਾਦ ਨੂੰ ਰੋਕਿਆ ਤੇ ਕਹਿਣ ਲੱਗਾ ਕਿ ਇਸ ਬੱਚੇ ਨੂੰ ਇਸ ਬੱਚੇ ਨੂੰ ਕਤਲ ਨਾ ਕਰੋ ਇਹ ਸਿੱਖ ਨਹੀਂ ਹੈ ਬੱਚਾ ਥੱਲੇ ਉਤਰਿਆ ਉਹਨੇ ਮਾਂ ਨੂੰ ਦੇਖਿਆ ਕਿ ਦੌੜ ਕੇ ਵਾਪਸ ਕੋਤ ਵਾਲੀ ਛੱਤ ਤੇ ਚੜ ਗਿਆ ਕਿ ਮੇਰੀ ਮਾਂ ਝੂਠ ਬੋਲਦੀ ਐ ਮੈਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਪਰ ਇਹ ਮੇਰੀ ਮਾਂ ਨਹੀਂ ਹੋ ਸਕਦੀ ਇੱਕ ਸਿੱਖ ਵੀ ਆਪਣੇ ਧਰਮ ਤੋਂ ਡੋਲਿਆ ਨਹੀਂ ਤੀਸਰੇ ਦਿਨ ਫਰਕਸੀਅਰ ਨੇ ਪੁੱਛਿਆ ਕਿ ਕਿੰਨੇ ਸਿੱਖ ਕਤਲ ਕੀਤੇ ਜਾ ਚੁੱਕੇ ਹਨ ਤਾਂ ਸਰਬਰਾਖਾਨ ਨੇ ਕਿਹਾ ਕਿ 300 ਫਰਕਸੀਅਰ ਨੇ ਕਿਹਾ ਕਿ ਕਿਤਿਆਂ ਨੇ ਇਸਲਾਮ ਕਬੂਲ ਕੀਤਾ ਤਾਂ ਉਹਨੇ ਜਵਾਬ ਦਿੱਤਾ ਕਿ ਕਿਸੇ ਇੱਕ ਨੇ ਵੀ ਨਹੀਂ ਬੜਾ ਹੈਰਾਨ ਹੋਇਆ ਇਹਨ ਲੱਗਾ ਕਿ ਮੇਰਾ ਮਕਸਦ ਇਹਨਾਂ ਨੂੰ ਕਤਲ ਕਰਨਾ ਨਹੀਂ ਝਕਾਉਣਾ ਸੀ ਇਹਨਾਂ ਦੀ ਰੋਟੀ ਬੰਦ ਕਰ ਦਿਓ ਤਿੰਨ ਦਿਨ ਭੁੱਖੇ ਰੱਖ ਕੇ ਚੌਥੇ ਦਿਨ ਜਕਰੀਆ ਖਾਨ ਆਪ ਤਿਰਕੋਲਿਆ ਦੀ ਜੇਲ੍ਹ ਵਿੱਚ ਗਿਆ ਰੋਟੀਆਂ ਲੈ ਕੇ ਪਹਿਲਾਂ ਇੱਕ ਬਜ਼ੁਰਗ ਦੇ ਹੱਥ ਵਿੱਚ ਰੋਟੀ ਦਿੱਤੀ ਬਜ਼ੁਰਗ ਨੇ ਰੋਟੀ ਵੱਲ ਦੇਖਿਆ ਨਾਲ ਨੌਜਵਾਨ ਬੈਠਾ ਸੀ ਉਹਨੂੰ ਕਹਿਣ ਲੱਗਾ ਕਿ ਰੋਟੀ ਤੂੰ ਖਾ ਲੈ ਮੇਰੀ ਤਾਂ ਉਮਰ ਹੋ ਚੁੱਕੀ ਹੈ ਜਵਾਨ ਦੇ ਨਾਲ ਇੱਕ ਛੋਟੀ ਉਮਰ ਦਾ ਬੱਚਾ ਬੈਠਾ ਸੀ ਉਹ ਉਹਨੂੰ ਕਹਿਣ ਲੱਗਾ ਤੇ ਮੈਂ ਤਾਂ ਜਵਾਨ ਹਾਂ ਇੱਕ ਦੋ ਦਿਨ ਹੋਰ ਭੁੱਖਾ ਰਹਿ ਸਕਦਾ ਇਹ ਰੋਟੀ ਤੂੰ ਖਾ ਲੈ ਇਸ ਤਰ੍ਹਾਂ ਰੋਟੀ ਕੌਮ ਦੀ ਕਮਾਨ ਦੀ ਉਸ ਬਜ਼ੁਰਗ ਕੋਲ ਵਾਪਸ ਆ ਗਈ ਉਸ ਨੇ ਜਕਰੀਆ ਖਾਨ ਦੇ ਸਾਹਮਣੇ ਰੋਟੀ ਭਗਾ ਮਾਰੀ ਕਹਿੰਦਾ ਫੜ ਆਪਣੀ ਰੋਟੀ ਜਿਸ ਗੁਰੂ ਨੇ ਆਪਣੇ ਬੱਚੇ ਕਟਵਾ ਕੇ ਸਿੱਖ ਪੰਥ ਦੀ ਝੋੜੀ ਵਿੱਚ ਪਾਏ ਹਨ ਉਹ ਕੌਮ ਤੇਰੀ ਰੋਟੀ ਅੱਗੇ ਝੁਕ ਜਾਏਗੀ ਪਰ ਕਿਸੇ ਨੇ ਜ਼ਮੀਨ ਤੇ ਹੱਥ ਲਗਾ ਕੇ ਇੱਕਨਾਂ ਨੂੰ ਹੱਥ ਲਗਾਇਆ ਤੇ ਬਾਕੀ ਦੇ 400 ਸਿੱਖ ਚਾਰ ਦਿਨਾਂ ਵਿੱਚ ਕਤਲ ਕਰ ਦਿੱਤੇ ਗਏ ਇੱਕ ਅੰਗਰੇਜ਼ ਲਿਖਾਰੀ ਲਾਵਨ ਟਵਨਸ ਲਖੰਦਰੀ ਲਿਖਦਾ ਹੈ ਜੋ ਉਸ ਵਕਤ ਮੌਕੇ ਪਰਦਾਤੇ ਸੀ ਕਿ ਇੰਜ ਲੱਗ ਰਿਹਾ ਕਿ ਜਿਵੇਂ ਹਰ ਕ੍ਰਾਈਸਟ ਹਰ ਕ੍ਰਾਈਸਟ ਆਪਣੇ ਧਰਮ ਦੇ ਖਾਤਰ ਸੂਲੀ ਤੇ ਚੜ ਰਿਹਾ ਹੋਵੇ 9 ਜੂਨ 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹ ਤੇ ਮੁਖੀਆਂ ਦੀ ਬਾਰੀ ਆਈ ਇਹਨਾਂ ਨੂੰ ਕੁੱਤਬ ਮিনার ਦੇ ਨੇੜੇ ਕুতਬੁਦੀਨ ਬਖਤੀਆਰ ਕਾਕੀ ਦੀ ਦਰਗਾਹ ਵਿੱਚ ਲਿਆਂਦਾ ਗਿਆ ਬੰਦਾ ਸਿੰਘ ਨੂੰ ਕੋਤਵਾਲੀ ਕਿਉਂ ਨਹੀਂ ਕਤਲ ਕੀਤਾ ਬਖਤੀਆਰ ਕਾਕੀ ਦੀ ਦਰਗਾਹ ਹੀ ਕਿਉਂ ਚੁਣੀ ਗਈ ਇਹਦਾ ਵੀ ਇੱਕ ਕਾਰਨ ਸੀ ਦਰবারে ਕਾਜੀ ਦਾ ਮੰਨਣਾ ਸੀ ਕਿ ਬਹਾਦਰ ਸ਼ਾਹ ਦੀ ਮੌਤ ਕਿਉਂਕਿ ਬੰਦਾ ਬਹਾਦਰ ਦੇ ਡਰ ਤੇ ਸਹਿਮਤੋ ਸਹਿਮਤੋ ਹੋਈ ਹੈ। ਇਸ ਦੀ ਰੂਹ ਨੂੰ ਤਾਂ ਹੀ ਸਕੂਨ ਮਿਲ ਸਕਦਾ ਜੇਕਰ ਬੰਦਾ ਬਹਾਦਰ ਨੂੰ ਇਹਦੀ ਕਬਰ ਦੇ ਸਾਹਮਣੇ ਕਤਲ ਕੀਤਾ ਜਾਵੇ। ਕਾਕੀ ਬਖਤੀ ਅਰ ਦੀ ਦਰਗਾਹ ਵਿੱਚ ਸਾਰੇ ਕਾਜੀ ਨੂੰ ਬਿਠਾਇਆ ਗਿਆ। ਬੰਦਾ ਬਹਾਦਰ ਵਿਚਕਾਰ ਬੈਠਾ ਸੀ। ਸਾਹਮਣੇ ਬਾਦਸ਼ਾਹ ਫਰਖਸੀ ਰਕਤਖਤੇ ਬੈਠਾ ਸੀ। ਬਾਦਸ਼ਾਹ ਪੁੱਛਣ ਲੱਗਾ ਕਿ ਤੁਹਾਡੇ ਵਿੱਚੋਂ ਬਾਜ ਸਿੰਘ ਕੌਣ ਹੈ? ਬਾਜ ਸਿੰਘ ਕਹਿਣ ਲੱਗਾ ਕਿ ਮੈਨੂੰ ਬਾਜ ਸਿੰਘ ਕਹਿੰਦੇ ਨੇ। ਅਤਵੰਪ ਫਰਖੀਰ ਕਹਿੰਦਾ ਹੈ ਕਿ ਸੁਣਿਆ ਤੂੰ ਬਹੁਤ ਦਲੇਰ ਨੈਲ ਹੈ ਹੁਣ ਤੇਰੀ ਦਲੇਰੀ ਕਿੱਥੇ ਗਈ ਅਬਾਸ਼ੀ ਨੇ ਕਿਹਾ ਕਿ ਮੇਰੀਆਂ ਪੈਰਾਂ ਵਿੱਚ ਬੇੜੀਆਂ ਤੇ ਹੱਥਾਂ ਵਿੱਚ ਹੱਥ ਕੜੀਆਂ ਹਨ ਜੇ ਤੂੰ ਮੇਰੀ ਦਲੇਰੀ ਦੇਖਣਾ ਚਾਹੁੰਦਾ ਹੈ ਤਾਂ ਮੇਰੇ ਪੈਰਾਂ ਦੀ ਇੱਕ ਬੇੜੀ ਜਾਂ ਇੱਕ ਹੱਥ ਕੜੀ ਖੋਲ ਦੇ ਬਾਦਸ਼ਾਹ ਨੇ ਸੋਚਿਆ ਕਿ ਮੇਰੇ 1300 ਅੰਗ ਰਖਸ਼ਕ ਮੇਰੇ ਨਾਲ ਹਨ 26000 ਦੀ ਫੌਜ ਆਸ-ਪਾਸ ਖੜੀ ਹੈ ਇਹ ਮਹੀਨੇ ਤੋਂ ਭੁੱਖਾ ਬਿਨਾਂ ਕਿਸੇ ਹਥਿਆਰ ਤੋਂ ਕੀ ਕਰ ਲਵੇਗਾ ਸਿਪਾਹੀ ਨੇ ਹੁਕਮ ਕੀਤਾ ਕਿ ਇਹਦੇ ਹਥਕੜੀ ਖੋਲ ਦੇ। ਜਿਉਂ ਹੀ ਸਿਪਾਹੀ ਨੇ ਹਥਕੜੀ ਖੋਲੀ ਬਾਜ ਸਿੰਘ ਨੇ ਜ਼ੋਰ ਦੇ ਝਟਕੇ ਨਾਲ ਸਿਪਾਹੀ ਦੀ ਤਲਵਾਰ ਖੋ ਕੇ ਦੇਮਿਆਨ ਕੀਤਾ ਤੇ ਸਿਪਾਹੀ ਦਾ ਸਿਰ ਕਲਮ ਕਰ ਦਿੱਤਾ। ਤੇਰਾ ਸਿਪਾਹੀ ਹੋਰ ਕਤਲ ਕਰ ਦਿੱਤੇ। ਫਰਖਸੇਰ ਇਤਨਾ ਡਰ ਗਿਆ ਕਿ ਤਖਤ ਛੱਡ ਕੇ ਨਾ ਸੁਠਿਆ। ਸਿਪਾਹੀਆਂ ਨੇ ਬਾਜ ਸਿੰਘ ਨੂੰ ਬੜੀ ਮੁਸ਼ਕਲ ਦੇ ਨਾਲ ਕਾਬੂ ਕੀਤਾ। ਫਿਰ ਕਤਲ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਦਿਨੇ ਇਸਲਾਮ ਕਬੂਲ ਕਰਨ ਦੀ ਸ਼ਰਤ ਰੱਖੀ ਪਰ ਇਹ ਖਾਂਸ਼ ਉਹਨਾਂ ਦੀ ਦਿਲ ਵਿੱਚ ਹੀ ਰਹਿ ਗਈ। ਪਹਿਲਾਂ ਬਾਬਾ ਬਿਨੋਦ ਸਿੰਘ ਬਾਬਾ ਬਾਜ ਸਿੰਘ ਬਾਬਾ ਫਤਿਹ ਸਿੰਘ ਤੇ ਬਾਬਾ ਆਲੀ ਸਿੰਘ ਸ਼ਹੀਦ ਕੀਤੇ ਬਾਬਾ ਬੰਦਾ ਸਿੰਘ ਨੇ ਅੱਖਾਂ ਬੰਦ ਕਰ ਲਈਆਂ ਤਾਂ ਫਰਖਸੇਰ ਨੇ ਗਿਆ ਕੀ ਗੱਲ ਸਾਥੀਆਂ ਦੀ ਮੌਤ ਦੇਖੀ ਨਹੀਂ ਜਾਂਦੀ ਤਾਂ ਬੰਦੇ ਨੇ ਕਿਹਾ ਕਿ ਮੈਂ ਤਾਂ ਕਾਲ ਪੁਰਖ ਅਗੇ ਅਰਦਾਸ ਕਰ ਰਿਹਾ ਸੀ ਕਿ ਜਿਹੜੇ ਮੇਰੇ ਤੋਂ ਪਿੱਛੋਂ ਆਏ ਸਨ ਉਹ ਤੇਰੀ ਗੋਦ ਵਿੱਚ ਪਹਿਲੇ ਚਲੇ ਗਏ ਮੇਰੇ ਤੋਂ ਐਸੀ ਕੀ ਪੁੱਲ ਹੋ ਗਈ ਕਿ ਮੈਂ ਅਜੇ ਤੱਕ ਇੱਥੇ ਬੈਠਾ ਹਾਂ ਬਾਬਾ ਬੰਦਾ ਸਿੰਘ ਦਾ ਪੁੱਤਰ ਉਹਦੀ ਝੋਲੀ ਵਿੱਚ ਪਾ ਕੇ ਸ਼ਹੀਦ ਕਰਨ ਨੂੰ ਕਿਹਾ ਬੰਦਾ ਸਿੰਘ ਨੇ ਕਿਹਾ ਕਿ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਮਾਸੂਮਾਂ ਤੇ ਮਜ਼ਲੂਮਾਂ ਤੇ ਬਾਰ ਨਹੀਂ ਕਰਨਾ ਅਗਰ ਮੇਰੇ ਪੁੱਤਰ ਦੀ ਜਗ੍ਹਾ ਤੇਰਾ ਪੁੱਤਰ ਵੀ ਮੇਰੀ ਕੋਲ ਚੋਲੀ ਵਿੱਚ ਹੁੰਦਾ ਤਾਂ ਮੈਂ ਉਹਦਾ ਵੀ ਕਤਲ ਨਾ ਕਰਦਾ ਬਾਬਾ ਅਜੇ ਸਿੰਘ ਨੂੰ ਨੇਜੇ ਉੱਪਰੋਂ ਛਾਲ ਕੇ ਦੋ ਟੋਟੇ ਕਰਵਾ ਦਿੱਤੇ ਉਸ ਮਾਸੂਮ ਦਾ ਧਰਕ ਦਾ ਕਲੇਜਾ ਕੱਢ ਕੇ ਬੰਦਾ ਸਿੰਘ ਦੇ ਮੂੰਹ 'ਚ ਤੁੰਨਿਆ ਉਹਦੇ ਜਿਸਮ ਦਾ ਖੂਨ ਬੰਦੇ ਸਿੰਘ ਦੇ ਮੂੰਹ ਤੇ ਮਲਿਆ ਬੰਦਾ ਸਿੰਘ ਦੀਆਂ ਅੱਖਾਂ ਫਿਰ ਬੰਦ ਸਨ ਫਿਰ ਫਰਖਸੇਰ ਨੇ ਪੁੱਛਿਆ ਕਿ ਪੁੱਤਰ ਦੀ ਮੌਤ ਨਹੀਂ ਦੇਖੀ ਜਾ ਰਹੀ ਬੰਦੇ ਬਹਾਦਰ ਨੇ ਕਿਹਾ ਕਿ ਹੁਣ ਮੈਂ ਕਲਗੀਧਰ ਪਾਤਸ਼ਾਹ ਅੱਗੇ ਸ਼ੁਕਰਾਨਾ ਕਰ ਰਿਹਾ ਕਿ ਜਿਸ ਗੁਰੂ ਨੇ ਚਾਰ ਪੁੱਤਰ ਖਾਲਸੇ ਦੀ ਝੋਲੀ ਵਿੱਚ ਪਾਏ ਅੱਜ ਤੇਰੀ ਖਾਤਰ ਮੈਂ ਆਪਣੇ ਪੁੱਤਰ ਦੀ ਝੋਲੀ ਵਿੱਚ ਆਪਣੇ ਪੁੱਤਰ ਨੂੰ ਝੋਲੀ ਵਿੱਚ ਪਾ ਕੇ ਉਹਦੀ ਗੋਦੀ ਵਿੱਚ ਜਾ ਰਿਹਾ ਤਨ ਜਿਗਰਾ ਉਹ ਫਿਰ ਵੀ ਸ਼ਾਂਤ ਤੇ ਡੋਲ ਰਹੇ ਜਗਰੀਆ ਖਾਨ ਨੇ ਪੁੱਛਿਆ ਕਿ ਹੁਣ ਤੈਨੂੰ ਕਿਸ ਤਰ੍ਹਾਂ ਦੀ ਮੌਤ ਚਾਹੀਦੀ ਹੈ ਤਾਂ ਬੰਦਾ ਸਿੰਘ ਨੇ ਕਿਹਾ ਕਿ ਜੇ ਤੂੰ ਮੇਰਾ ਸਬਰ ਪਰਖਣਾ ਹੈ ਤਾਂ ਤੂੰ ਆਪਣੇ ਜ਼ੁਲਮ ਦੀ ਹੱਦ ਪਰਖ ਲੈ ਅਖੀਰ ਇੱਕ ਇੱਕ ਕਰਕੇ ਬੰਦੇ ਦੀਆਂ ਅੱਖਾਂ ਕੱਢੀਆਂ ਤੇ ਲੱਤਾ ਤੇ ਬਾਹਾਂ ਵੱਡੀਆਂ ਸਰੀਰ ਦਾ ਮਾਸ ਤਪਦੇ ਨਸੂਰਾਂ ਨਾਲ ਨੋਚਿਆ ਪਰ ਉਹ ਕਾਲ ਪੁਰਖ ਦਾ ਸਿਮਰਨ ਕਰਦੇ ਰਹੇ ਬੰਦਾ ਸਿੰਘ ਬਹਾਦਰ ਦੁਨੀਆ ਦਾ ਪਹਿਲਾ ਬਾਦਸ਼ਾਹ ਤੇ ਫੌਜੀ ਜਰਨਲ ਸੀ ਜਿਸ ਨੇ ਆਪਣੇ ਪੁੱਤਰ ਦੇ ਕਲੇਜੇ ਦਾ ਸਵਾਦ ਚੱਖਿਆ ਸੀ ਬੰਦਾ ਸਿੰਘ ਬਹਾਦਰ ਇੱਕ ਮਹਾਨ ਕੌਮੀ ਜਰਨਲ ਹੋਣ ਦੇ ਨਾਲ ਨਾਲ ਪੂਰਨਗੁਰ ਸਿੱਖ ਸਨ ਜਿਨ੍ਹਾਂ ਨੇ ਜੰਦ ਕਰਦਿਆਂ ਤੇ ਜਿੱਤਾਂ ਹਾਸਲ ਕਰਨ ਉਪਰੰਤ ਸ਼ਹੀਦ ਹੋਣ ਤੱਕ ਵੀ ਸਿੱਖੀ ਅਦਰਸ਼ਾਂ ਤੋਂ ਮੂੰਹ ਨਹੀਂ 모ੜਿਆ ਅਤੇ ਖਾਲਸਾ ਪੰਥ ਦੇ ਲੰਮੇ ਇਤਿਹਾਸ ਵਿੱਚ ਕੋ ਸਨੈਰੀ ਪੰਨਾ ਜੋੜ ਦਿੱਤਾ ਭਗਤ ਕਬੀਰ ਜੀ ਦਾ ਸਲੋਕ ਇੱਥੇ ਕਿੰਨਾ ਟੁੱਕਦਾ ਹੈ ਸੂਰਾ ਸੋ ਪਹਿਚਾਨੀ ਐ ਜੋ ਲੜੈ دین ਕੇ ਹੇਤ ਪਰ ਜਾ ਪਰ ਜਾ ਕਟ ਮਰੇ ਕਭੂ ਨਾ ਛਾੜੇ ਖੇਤ ਸੰਗਤ ਜੀ ਐਸੇ ਮਹਾਨ ਜਨੈਲ ਜੋਧੇ ਰਸ਼ੀਦੀ ਨੂੰ ਕੋਟਾਨ ਕੋਟਾ ਪਰਨਾ ਉਹਨਾਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤੋ ਸੰਗ ਜੀ ਹੋਈਆਂ ਭੁੱਲਾਂ ਦੀ ਸਿੱਕਮਾ ਦੇਣੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ